गुरमीत है, फूड मिनिस्टर से साड़ी गवर्नमेंट उस पहली च, एक दिन ओदा पत्ता खट दिता। इन पार्टियां तुहानू पता जिहड़ा बॉस है वह बॉस है, फिर ओहदे विच एजुकेशन मिनिस्टर भी साडा बन गया, उहनू बुलाउणा बुलाउणा पिया। हाँ जी, क्योंकि वह उत्ते सिर कढ़वां सी। फिर जो मौका आया प्रकाश सिंह होरां ने उहनू भी छुट्टी कीती। एक दिन मैनू कहा कि बई, मैं प्रिंसिपल सैकटरी सी, कि बई तेरी चिट्ठी बना बनाई, इन्हें दस्खत किए, तो वह असी गवर्नर ने पहुँचाई कि आई हेयर बाई डिसमिस। तो उन्होंने कहा बई तुम सिर सुट के क्यों बैठे जी, की गल हो गई है? ऐसा ऐसा उन्होंने दसिया कि जी सानू ब्याह होया कि 65,000 सिख जेलां च गए, तो हुण सानू जहाज राणी मंत्री बना दिता प्रकाश सिंह नू, हासोवाणी हो जानी, असी पंजाब जाण जोगे ही नहीं। अच्छा, ते ओह कहिंदे लै इह कीड़ी गल है, आपां चलदे आ। प्यो एज ए पॉलिटिशियन ओह बहुत जीनियस सी, पहलों तौड़ा गया, तलवंडी गए, ओह कित्थे गए? ओह कित्थे गए? तुसीं उहनां दा नां ही भुलदे जे, तौड़ा बड़ा सियाणा खचरा आदमी सी। बादल साहब ने सहजे सहजे ਉਹ ਸਾਰੇ ਹੀ ਹਲਕੇ ਕਰਤੇ। ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ, ਲੰਘਣੋਂ ਰਹਿ ਗਏ ਜੰਡ ਵੇ, ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ। ਡਾਕਟਰ ਮਨੋਹਰ ਸਿੰਘ ਗਿੱਲ ਮੇਰੀ ਆਕੜ ਏਦਾਂ ਹੂੰਜ ਦਿੰਦੇ ਆ, ਆਹ ਦੇਖ ਲਓ ਜੇਲਮ ਸਾਹਮਣੇ ਲਿਖਿਆ। ਹਾਂਜੀ, ਉਹ ਤੁਹਾਨੂੰ ਯਾਦ ਹੋਣਾ ਨਾ ਜੀ, ਕੋਕੇ ਵਾਲਾ ਗੀਤ ਯਾਦ ਹੈ ਕਿ ਨਹੀਂ ਡਾਕਟਰ ਸਾਹਿਬ? ਮੈਂ ਡਾਕਟਰ ਸਾਹਿਬ ਨੂੰ ਆਵਾਜ਼ ਮਾਰੀ, ਇਹ ਕਹਿੰਦੇ ਯਾਰ ਪੱਗ ਹੁਣ ਬੰਨਦਿਆਂ ਟਾਈਮ ਲੱਗਣਾ, ਛੋਟੀ ਪੱਗ ਬੰਨਦਿਆਂ। ਮੈਂ ਦਮਾਲੇ ਦੀ ਗੱਲ ਕਰਦਾ ਸੀ, ਇਹ ਕਹਿੰਦੇ ਸਮਾਂ ਬੀਤ ਜਾਂਦਾ ਹੈ। ਉਹ ਲੌਂਗ ਗਵਾਚਾ ਕਦੇ ਸੁਣਿਆ ਜੀ ਦੁਬਾਰਾ? ਤੇ ਤੁਹਾਡੇ ਜਿਹੜੇ ਚੰਡੀਗੜ੍ਹ ਚ ਗਵਾਚੇ ਲੌਂਗ, ਉਹਨਾਂ ਦਾ ਜ਼ਿਕਰ ਕਰਨਾ ਅੱਜ ਅਸੀਂ। ਚਲੋ ਉਹੋ ਹੀ ਕਰਦੇ ਹਾਂ, ਲੌਂਗ ਗਵਾਚੇ ਜਿਹੜੇ ਪੰਜਾਬ ਦੇ ਆ, ਉਹ ਸਭ ਅਸੀਂ ਸੋਚਦੇ ਰਹਿੰਦੇ ਹਾਂ, ਹਰ ਇੱਕ ਆਦਮੀ। ਬਿਲਕੁਲ ਦੋਸਤੋ, ਪ੍ਰਿੰਸੀਪਲ ਸੈਕਟਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਡਾਕਟਰ ਮਨੋਹਰ ਸਿੰਘ ਗਿੱਲ ਭਲੇ ਵੇਲਿਆਂ ਦੀ ਗੱਲ ਆ, ਉਸ ਦੌਰ ਦੇ ਵਿੱਚ ਜਦੋਂ ਅਜੇ ਪੰਜਾਬ ਅੰਗੜਾਈ ਲੈ ਰਿਹਾ ਸੀਗਾ। ਅੱਜ ਵੀ ਇੱਕ ਦੌਰ ਹੈ ਔਰ ਇਸ ਦੌਰ ਦੇ ਵਿੱਚ ਤਕਲੀਫ ਜ਼ਿਆਦਾ ਹੈ, ਸੋ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਮਨੋਹਰ ਸਿੰਘ ਗਿੱਲ ਹੋਣਾ ਤੋਂ, ਜਿਨ੍ਹਾਂ ਨੇ ਭਾਰਤ ਦੇ ਚੋਣ ਕਮਿਸ਼ਨਰ ਹੁੰਦਿਆਂ ਚੋਣ ਸੁਧਾਰ ਵੀ ਕੀਤੇ, ਖੇਡ ਮੰਤਰੀ ਹੁੰਦਿਆਂ ਖੇਡਾਂ ਵੀ ਕਰਾਈਆਂ, ਲੇਕਿਨ ਪੰਜਾਬ ਦੇ ਵਿੱਚ ਇਹਨਾਂ ਦੀ ਪੈੜ ਜ਼ਰਾ ਗਹਿਰੀ ਹੈ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਮੁੱਖ ਮੰਤਰੀ ਸੱਥਾਂ ਦਾ ਮੁੱਖ ਮੰਤਰੀ ਸੀ ਔਰ ਜਿਹੜਾ ਮੁੱਖ ਮੰਤਰੀ ਸਕੱਤਰੇਤ ਦੇ ਵਿੱਚ ਸਭ ਤੋਂ ਘੱਟ ਸਮਾਂ ਬਿਤਾਉਣਾ ਚਾਹੁੰਦਾ ਸੀ, ਉਹਦੇ ਨਾਲ ਬਤੌਰ ਪ੍ਰਿੰਸੀਪਲ ਸਕੱਤਰ ਕਿਵੇਂ ਡੰਗ ਟੱਪਿਆ, ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨਾ ਚਾਹੂੰਗਾ ਕਿ ਇਹ ਪੁਰਾਣੀਆਂ ਗੱਲਾਂ ਨੇ, ਬਹੁਤ ਪੁਰਾਣੀਆਂ। ਕਦੋਂ ਸਰਦਾਰ ਪ੍ਰਕਾਸ਼ ਸਿੰਘ ਚੀਫ ਮਿਨਿਸਟਰ ਸੀ, ਅਤੇ ਕਦੋਂ ਮੈਂ 70s ਵਿੱਚ ਜਾਂ 60s ਵਿੱਚ ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ ਪਹਿਲਾਂ, ਅਤੇ ਉਹ ਮੈਂ ਕੀ ਕੀਤਾ ਅਤੇ ਉਹਨਾਂ ਨੇ ਕੀ ਕੀਤਾ, ਅਤੇ ਉਹ ਮੈਂ ਉਹਨਾਂ ਨੂੰ ਲੱਭਦਾ ਫਿਰਦਾ ਸੀ, ਅਤੇ ਉਹ ਲੱਭਦੇ ਸੀ ਕਿ ਨਹੀਂ ਸੀ ਲੱਭਦੇ, ਪਰ ਕਿਉਂ ਨਹੀਂ ਸੀ ਲੱਭਦੇ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਸ ਵੇਲੇ ਆਪਾਂ ਕੋਈ ਵਿਤਕਰੇ ਦੀਆਂ ਗੱਲਾਂ ਨਹੀਂ ਕਰ ਰਹੇ। ਮੈਂ ਉਹਨਾਂ ਦੇ ਨੁਕਸ ਕੱਢਾਂ ਜਾਂ ਉਹਨਾਂ ਦਾ ਦੱਸਾਂ ਕਿ ਉਹ ਅਤੇ ਇਹ ਸੀ ਅਤੇ ਉਹ ਸੀ, ਅਤੇ ਉਹ ਗੱਲਾਂ ਨਹੀਂ ਗੀਆਂ। ਨਹੀਂ, ਮੈਂ ਤਾਂ ਤਾਰੀਖ ਵੇਖ ਰਿਹਾ ਪੁਰਾਣੀ, ਔਰ ਸਰਦਾਰ ਪ੍ਰਕਾਸ਼ ਸਿੰਘ ਹੁਣ 100 ਦੇ ਹੋਣ ਵਾਲੇ ਨੇ, ਉਹ ਵੀ ਤਾਰੀਖ ਦੇ ਹਿੱਸੇਦਾਰ ਨੇ, ਕਈ ਵਾਰ ਚੀਫ ਮਿਨਿਸਟਰ ਰਹਿ ਚੁੱਕੇ, ਪਤਾ ਹੀ ਨਹੀਂ ਕਿੰਨੀ ਵਾਰ, ਅਤੇ ਮੈਂ ਵੀ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਤੋਂ ਬਾਹਰ ਬਥੇਰੇ ਪਾਪੜ ਵੇਲੇ ਨੇ ਹਰ ਕਿਸਮ ਦੇ, ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਵੀ ਰਿਹਾ ਅਤੇ ਸਪੋਰਟਸ ਮਿਨਿਸਟਰ ਵੀ ਰਿਹਾ, ਮਨਮੋਹਨ ਸਿੰਘ ਦੇ ਨਾਲ ਵੀ ਰਿਹਾ ਮਿਨਿਸਟਰ ਕੈਬਨਿਟ ਦਾ। ਸੋ ਇਹ ਗੱਲਾਂ ਪੁਰਾਣੀਆਂ ਨੇ। ਮੈਂ ਸ਼ੁਰੂਆਤ ਜਿੱਥੋਂ ਕਰਨੀ ਚਾਹੁੰਦਾ, ਮੈਨੂੰ ਯਾਦ ਹੈ ਕਿ ਕੇਂਦਰ ਦੇ ਵਿੱਚ ਬਾਦਲ ਸਾਹਿਬ ਨੂੰ ਬਣਾਤਾ ਗਿਆ ਖੇਤੀਬਾੜੀ ਮੰਤਰੀ, ਜਿੱਥੋਂ ਬਾਅਦ ਦੇ ਵਿੱਚ ਉਹ ਮੁੱਖ ਮੰਤਰੀ ਬਣਦੇ ਨੇ ਔਰ ਤੁਹਾਨੂੰ ਨਾਲ ਲੈ ਆਉਂਦੇ ਆ। ਮੈਂ ਸੁਣਿਆ ਬਈ ਉਹਨਾਂ ਦਾ ਝੁਕਾਅ
ਬਹੁਤਾ ਜ਼ਿਆਦਾ ਫਾਈਲਾਂ ਨਾਲ ਮੱਥਾ ਮਾਰਨ ਦਾ ਨਹੀਂ ਸੀ ਹੁੰਦਾ। ਉਹਨਾਂ ਨੂੰ ਲੋਕਾਂ ਦੀ ਪੋਲਿਟਿਕਸ ਕਰਨ 'ਚ ਸਵਾਦ ਆਉਂਦਾ ਸੀ, ਚੋਣ ਰਣਨੀਤੀਆਂ ਦੇ ਵਿੱਚ। ਅਤੇ ਉਹਨਾਂ ਨੇ ਇਸੇ ਗੱਮ 'ਚੋਂ ਉਹ ਜਿਹੜੀ ਖੇਤੀਬਾੜੀ ਮੰਤਰਾਲੇ ਵਾਲੀ ਗੱਲ ਉਹ ਛੱਡਤੀ। ਕਹਿੰਦੇ ਉੱਥੇ ਉਹ ਦਿੱਲੀ ਵੱਲ ਜਾਂਦੇ ਹੀ ਘੱਟ ਸੀ, ਇੱਥੇ ਵਾਣ ਦੀ ਮੰਜੀ 'ਤੇ ਭਾਵੇਂ ਟੇਢੇ ਹੋ ਲੈਂਦੇ ਸੀ। ਅਤੇ ਮੈਨੂੰ ਉੱਥੋਂ ਗੱਲ ਤੋਰਿਓ ਤਾਂ ਕਿ ਫਿਰ ਸਕੱਤਰਤ ਦੀਆਂ ਉਹ ਪੌੜੀਆਂ ਅਤੇ ਸਕੱਤਰਤ ਦੇ ਉਹ ਔਖੇ ਭੀੜੇ ਰਾਹ ਉਹਨਾਂ 'ਤੇ ਫਿਰ ਚੱਲਦੇ। ਜੀ ਉਹ ਬੜੀ ਸੱਚੀ ਗੱਲ ਹੈ ਔਰ ਵਾਕਿਆ ਹੀ ਹੋਈ ਕਿ ਜਦੋਂ ਇੰਦਰਾ ਗਾਂਧੀ ਇਲੈਕਸ਼ਨਾਂ ਹਾਰ ਗਈ ਅਤੇ ਉਹਦੇ ਬਾਅਦ ਦੁਬਾਰਾ ਇਲੈਕਸ਼ਨਾਂ ਕਰਾਈਆਂ ਅਤੇ ਸਟੇਟਾਂ ਦੇ ਵਿੱਚ ਅਕਾਲੀ ਵਗੈਰਾ ਆ ਗਏ ਅਤੇ ਦਿੱਲੀ ਦੇ ਵਿੱਚ ਜਨਤਾ ਪਾਰਟੀ ਆ ਗਈ, ਉਦੋਂ ਅਕਾਲੀ ਜਿਹੜੇ ਆ ਉਹ ਜੇਲ੍ਹਾਂ ਗਏ ਸੀ। ਉਹ ਇਕੱਲੇ ਹੀ ਆਦਮੀ ਸੀ ਜਿਹੜੇ ਜੇਲ੍ਹਾਂ ਗਏ ਸੀ 60-65 ਹਜ਼ਾਰ ਇੰਦਰਾ ਗਾਂਧੀ ਦੇ ਖਿਲਾਫ, ਅਤੇ ਉਹਨਾਂ ਨੇ ਜੇਲ੍ਹਾਂ ਭਰ ਦਿੱਤੀਆਂ ਅਤੇ ਅਖੀਰ 'ਚ ਇੰਦਰਾ ਗਾਂਧੀ ਨੇ ਇਲੈਕਸ਼ਨ ਅਨਾਊਂਸ ਕਰਤੀ ਅਤੇ ਫਿਰ ਉਹਦੇ ਬਾਅਦ ਉਹਨੇ ਸਟੇਟਾਂ ਦੀ ਵੀ ਕਰਤੀ ਅਤੇ ਸਟੇਟਾਂ ਦੀ ਚਰਨ ਸਿੰਘ ਨੇ ਕਰ ਦਿੱਤੀ। ਉਹਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਪੁਰਾਣੀਆਂ ਗੌਰਮੈਂਟਾਂ ਮੈਂ ਤੋੜ ਦੇਣੀਆਂ ਕਿਉਂਕਿ ਹੁਣ ਉਹਨਾਂ ਦਾ ਮੈਂਡੇਟ ਨਹੀਂ ਰਿਹਾ। ਉਹਨਾਂ ਨੇ ਕੀਤਾ ਸੀ ਚਰਨ ਸਿੰਘ ਹੋਣਾਂ ਦੇ ਨਾਲ ਕਾਂਗਰਸ ਨੇ, ਅਤੇ ਉਹਨਾਂ ਕਿਹਾ ਹੁਣ ਅਸੀਂ ਕਰਦੇ ਹਾਂ। ਸੋ ਸਾਡੇ ਸਾਰੇ ਇਲੈਕਸ਼ਨਾਂ ਹੋਈਆਂ ਅਤੇ ਲੇਕਿਨ ਉਸ ਤੋਂ ਪਹਿਲਾਂ ਜਦੋਂ ਸੈਂਟਰ ਦੀਆਂ ਹੋਈਆਂ ਅਤੇ ਪੰਜਾਬ ਵੱਲੋਂ MP ਦੇ ਵਿੱਚ ਬਾਦਲ ਖੜ੍ਹਾ ਹੋਇਆ ਅਤੇ ਜਿੱਤਣਾ ਤਾਂ ਆਈ ਸੀ ਇਹਨਾਂ ਸਾਰਿਆਂ ਨੇ, ਰੱਜ ਕੇ ਜਿੱਤੇ। ਅਤੇ ਇਹ ਜਦੋਂ ਗਏ ਅਤੇ ਉਹਨੇ ਮੋਰਾਰਜੀ ਦੇਸਾਈ ਨੂੰ ਉਹਨਾਂ ਬਣਾ ਦਿੱਤਾ ਪ੍ਰਾਈਮ ਮਿਨਿਸਟਰ। ਉਹ 80-82 ਸਾਲ ਦਾ ਸੀ, ਉਮਰ ਬਥੇਰੀ ਸੀ ਲੇਕਿਨ ਹੱਡੀ ਸਖਤ ਸੀ ਔਰ ਅਸੂਲ ਵਾਲਾ ਬੰਦਾ ਸੀ। ਅੱਜ ਉਹਨੂੰ ਵੀ ਮੈਂ ਯਾਦ ਕਰਦਾ ਔਰ ਉਹਦੀ ਮੈਂ ਤਾਰੀਫ਼ ਕਰੂੰਗਾ ਜਿੱਥੇ ਹੈਗੀ ਹੈ। ਅਤੇ ਸੋ ਉਹਨੇ ਗੌਰਮੈਂਟ ਬਣਾਈ ਅਤੇ ਨੈਚੁਰਲੀ ਅਕਾਲੀਆਂ ਦਾ ਸਿੱਖਾਂ ਦਾ ਲੈਣਾ ਸੀ, ਅਤੇ ਉਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਆ ਅਤੇ ਲੈ ਕੇ ਇਹਨਾਂ ਨੂੰ ਜਹਾਜ਼ ਰਾਣੀ ਮੰਤਰੀ ਬਣਾ ਦਿੱਤਾ। ਅੱਛਾ, ਹੁਣ ਪੰਜਾਬ ਦੇ ਲੋਕਾਂ ਨੂੰ ਕਹੋ ਜੀ ਮੈਂ ਜਹਾਜ਼ ਰਾਣੀ ਮੰਤਰੀ ਬਣ ਕੇ ਆਇਆ, ਇੰਨੀ ਜੱਦੋਜਹਿਦ ਕਰਕੇ 65 ਹਜ਼ਾਰ ਆਦਮੀ ਅਸੀਂ ਜੇਲ੍ਹਾਂ 'ਚ ਗਏ ਸੀ ਜੀ, ਮੇਰੇ ਪਿਤਾ ਜੀ ਵੀ ਬਾਦਲ ਦੇ ਨਾਲ ਰਹੇ ਜੇ ਤੱਕ ਰੋਹਤਕ ਹੋਈ ਅਤੇ ਪਟਿਆਲੇ ਵੀ ਜੇਲ੍ਹਾਂ 'ਚ ਰਹੇ, ਅਤੇ ਉਹ ਕਹੇ ਸਾਡੀ ਤਾਂ ਹਾਸੋ ਆਣੀ ਹੋ ਜੀ ਤੌੜਾ ਤਲਵੰਡੀ ਅਤੇ ਬਾਦਲ ਉਦੋਂ ਟ੍ਰਾਇੰਗਲ ਹੁੰਦੀ ਸੀ ਨਾ, ਉਹ ਕਹਿਣ ਸਾਡੀ ਤਾਂ ਹਾਸੋ ਆਣੀ ਹੋ ਜੀ ਹੁਣ ਕੀ ਕਰੀਏ। ਪਰ ਕਹਿਣ ਜੋਗੇ ਕੁਛ ਨਹੀਂ ਸੀ, ਮਰਾਰ ਜੀ ਨੂੰ ਡਰਦੇ ਸੀ ਉਹਦੇ ਕੋਲ, ਉਹਦਾ ਰੁਤਬਾ ਸੀ। ਅਤੇ ਮੇਰੇ ਪਿਤਾ ਜੀ ਫੌਜੀ ਜਰਨੈਲ ਸੀ ਸਮਝੋ, ਉਹ ਇਹਨਾਂ ਦੇ ਨਾਲ ਸੀ ਅਤੇ ਇਹਨਾਂ ਨੇ ਉਹਨਾਂ ਨੂੰ ਟਿਕਟ ਤਾਂ ਕੋਈ ਨਹੀਂ ਦਿੱਤੀ MLA ਬਣਨ ਦੀ ਕਿ ਬਈ ਇਹ ਸਾਡੇ ਉੱਤੇ ਚੜ੍ਹ ਜਾਏਗਾ। ਅਤੇ ਉਹਨਾਂ ਨੇ ਬੁਲਾਇਆ ਕਰਨਲ ਸਾਹਿਬ ਨੂੰ, ਕਰਨਲ ਸਾਹਿਬ ਅਤੇ ਉਹ ਕਰਨਲ ਸਾਹਿਬ ਗਏ ਪੰਜਾਬ ਹਾਊਸ ਜਿਹੜਾ ਮੈਂ ਬਣਾਇਆ ਸੀ ਪਹਿਲੀ ਕਿਸੇ ਵੇਲੇ, ਅਤੇ ਦਿੱਲੀ ਬੈਠੇ ਅਤੇ ਸਿਰ ਸੁੱਟ ਕੇ ਬੈਠੇ। ਅਤੇ ਉਹਨਾਂ ਨੇ ਕਿਹਾ ਬਈ ਤੁਸੀਂ ਸਿਰ ਸੁੱਟ ਕੇ ਕਿਉਂ ਬੈਠੇ ਜੀ, ਕੀ ਗੱਲ ਹੋ ਗਈ ਆ? ਐਸਾ ਉਹਨਾਂ ਨੇ ਦੱਸਿਆ ਕਿ ਜੀ ਸਾਨੂੰ ਵਿਆਹ ਹੋਇਆ ਕਿ 65 ਹਜ਼ਾਰ ਸਿੱਖ ਜੇਲ੍ਹਾਂ 'ਚ ਗਏ ਅਤੇ ਹੁਣ ਸਾਨੂੰ ਜਹਾਜ਼ ਰਾਣੀ ਮੰਤਰੀ ਬਣਾ ਦਿੱਤਾ ਪ੍ਰਕਾਸ਼ ਸਿੰਘ ਨੂੰ, ਅਤੇ ਇਹ ਤਾਂ ਹਾਸੋ ਆਣੀ ਹੋ ਜਾਣੀ, ਅਸੀਂ ਪੰਜਾਬ ਜਾਣ ਜੋਗੇ ਹੀ ਨਹੀਂ। ਅੱਛਾ, ਅਤੇ ਉਹ ਕਹਿੰਦੇ ਲੈ ਇਹ ਕਿਹੜੀ ਗੱਲ ਹੈ, ਆਪਾਂ ਚੱਲਦੇ ਹਾਂ ਕਰਕੇ ਆਉਂਦੇ ਹਾਂ। ਉਹਨਾਂ ਨੂੰ ਇਹ ਹੈ ਸੀ ਇਹੋ ਜਿਹਾ ਦਬੰਗ ਆਦਤ, ਅਤੇ ਇਹਨਾਂ ਨੇ ਇਹਨਾਂ ਦੀ ਬਾਹੂ ਫੜ ਕੇ ਅਤੇ ਮੋਰਾਰਜੀ ਦੇ ਚਲੇ ਗਏ। ਮੋਰਾਰਜੀ ਦੇ ਇਹ ਇੰਟਰਵਿਊ ਨਹੀਂ ਸੀ ਲੈ ਸਕਦੇ, ਕਾਂਤੀ ਦੇਸਾਈ ਸੀ ਮੋਰਾਰਜੀ ਦਾ ਇਕੱਲਾ ਹੀ ਲੜਕਾ, ਉਹਦੇ ਕੋਲ ਰਹਿੰਦਾ ਸੀ। ਅਤੇ ਕਰਨਲ ਸਾਹਿਬ ਦਾ ਪਿਤਾ ਜੀ ਦਾ ਉਹਦਾ ਰਿਸ਼ਤਾ ਬਣ ਗਿਆ ਸੀ ਉਹਨਾਂ ਨੂੰ ਇਹ ਰੱਬ ਨੇ ਦਿੱਤਾ ਸੀ ਜਿਹਦੇ ਨਾਲ ਇੱਕ ਵਾਰ ਗੱਲ ਕਰ ਲੈਣ ਫਿਰ ਗੱਲ ਵੱਧ ਜਾਂਦੀ ਸੀ। ਅਤੇ ਇਹਨਾਂ ਨੇ ਗੁੱਸਾ ਕੀਤਾ ਉਹਨੂੰ, ਕਾਂਤੀ ਦੇਸਾਈ ਨੂੰ ਬਹੁਤ ਗੁੱਸੇ ਹੋਏ। ਉਹ ਕਹਿੰਦੇ ਸਾਹਿਬ ਮੈਨੂੰ ਦੱਸੋ ਤੇ ਸਹੀ ਗੱਲ ਕੀ ਹੈ, ਆਪਾਂ ਇਹਨੂੰ ਠੀਕ ਕਰ ਲੈਂਦੇ। ਕਹਿੰਦੇ ਆਹ ਮਾਹੌਲ ਹੋਇਆ ਸਾਡੇ ਨਾਲ, ਉਹ ਕਹਿੰਦਾ ਆਪਾਂ ਚੱਲਦੇ ਹਾਂ ਪਿਤਾ ਜੀ ਕੋਲ ਪ੍ਰਾਈਮ ਮਿਨਿਸਟਰ
ਜਿਹਦੇ ਕੋਲ ਕੋਈ ਨਹੀਂ ਸੀ ਜਾ ਸਕਦਾ ਉੱਥੋਂ ਕਰਾਉਣੇ ਆ, ਉਹ ਲੈ ਗਿਆ ਇਹਨਾਂ ਨੂੰ ਤੇ ਇਹਨਾਂ ਦੀ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ ਨਾਲ ਖਿੱਚਾ ਤਾਣੀ ਹੋਈ, ਕਿਉਂਕਿ ਇਹ ਵੀ ਗਰਾਊਂਡ ਛੱਡਣ ਵਾਲੇ ਨਹੀਂ ਸੀ ਤੇ ਉਹ ਤੇ ਹੈਗਾ ਹੀ ਸੀ। ਉਹਨੇ ਕਿਹਾ ਤੋ ਠੀਕ ਹੈ ਲਾਓ ਉਨਕੋ। ਸੋ ਇੰਟਰਵਿਊ ਮਿਲ ਗਈ ਇਹਨਾਂ ਨੂੰ। ਇੰਟਰਵਿਊ ਵਿੱਚ ਵੀ ਹੁਣ ਬਾਦਲ ਨੇ ਗੱਲ ਕਰਨੀ ਸੀ ਜਾਂ ਤੌੜੇ ਨੇ ਕਰਨੀ ਸੀ ਜਾਂ ਤਲਵੰਡੀ ਨੇ ਕਰਨੀ ਸੀ ਮੋਰਾਰਜੀ ਨਾਲ, ਅੰਗਰੇਜ਼ ਆਦਮੀ ਔਰ ਅਸੂਲ ਦਾ ਆਦਮੀ, ਤੇ ਉੱਥੇ ਜਾ ਕੇ ਬੈਠ ਗਏ ਤੇ ਗੱਲ ਤੇ ਫਿਰ ਕਰਨਲ ਸਾਹਿਬ ਨੇ ਹੀ ਕਰਨੀ ਸੀ। ਕਰਨਲ ਸਾਹਿਬ ਦੀ ਫਿਰ ਡਟ ਕੇ ਉਹਦੇ ਨਾਲ ਗੱਲ ਹੋਈ ਔਰ ਇਹਨਾਂ ਨੇ ਉਹਨੂੰ ਡਟ ਕੇ ਕਿਹਾ ਕਿ ਬਈ ਅਸੀਂ ਅਸੀਂ ਜੇਲ੍ਹਾਂ ਭਰੀਆਂ ਹੈ ਤੇ ਤੁਸੀਂ ਹੁਣ ਇਹ ਜਹਾਜ਼ ਰਾਣੀ ਮੰਤਰੀ ਬਣਾਉਣਾ ਸਾਨੂੰ। ਖੈਰ ਖੈਬੜ ਕੇ ਉਹਨੇ ਕਿਹਾ ਅੱਛਾ ਮੈਂ ਦੇਖਦਾ ਹੂੰ, ਜਿਸ ਤਰ੍ਹਾਂ ਉਹਦੀ ਤਬੀਅਤ ਸੀ, ਅਫਸਰ ਸੀ ਨਾ ਉਹ, ਅਫਸਰ ਸੀ ਐਕਚੁਅਲੀ, ਅਫਸਰ ਰਿਹਾ ਸੀ ਫਿਰ ਪੋਲੀਟਿਕਸ ਵਿੱਚ ਆਇਆ ਸੀ। ਉਹਨੇ ਜਾ ਕੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤੀ ਐਗਰੀਕਲਚਰ ਮਿਨਿਸਟਰੀ। ਉਹਨਾਂ ਦਿਨਾਂ 'ਚ ਐਗਰੀਕਲਚਰ ਮਿਨਿਸਟਰੀ ਹੁੰਦੀ ਸੀ ਐਗਰੀਕਲਚਰ ਪਲੱਸ ਐਗਰੀ ਇਰੀਗੇਸ਼ਨ ਪਲੱਸ ਸੋ ਮੈਨੀ ਅਦਰ ਥਿੰਗਸ ਕੋਆਪਰੇਸ਼ਨ, ਤੇ ਪ੍ਰਕਾਸ਼ ਸਿੰਘ ਉਹਦਾ ਸਰਦਾਰ ਬਣ ਕੇ ਬੈਠ ਗਿਆ। ਠੀਕ ਹੈ ਭਾਵੇਂ ਬੈਠ ਤੇ ਗਿਆ ਪਰ ਇਹ ਗਿੱਜੇ ਸੀ ਪਿੰਡਾਂ 'ਚ ਫਿਰਨ, ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਉਹਨੇ ਦੇ ਦਿੱਤੀ। ਹੁਣ ਪਾਰਲੀਮੈਂਟ ਖੁੱਲ੍ਹਣੀ ਸੀ, ਬਜਟ ਨਵਾਂ ਨਵੀਂ ਗੌਰਮੈਂਟ ਦਾ ਚੱਲਣਾ ਸੀ ਤੇ ਉਹਦੇ ਲਈ ਨਵੇਂ ਪ੍ਰਾਈਮ ਮਿਨਿਸਟਰ ਨਵੀਂ ਗੌਰਮੈਂਟ ਪੇਸ਼ ਕਰਨੀ ਸੀ ਤੇ ਨਾਲ ਲਿਖ ਕੇ ਪ੍ਰੋਗਰਾਮ ਦੇਣਾ ਸੀ। ਇਸ ਤਰ੍ਹਾਂ ਹੀ ਚੱਲਦੀਆਂ ਗੌਰਮੈਂਟਾਂ ਨਵੀਆਂ, ਇਦਾਂ ਹੀ ਚੱਲਦੀਆਂ। ਅੱਛਾ ਜੇ ਉਹ ਮੁਰਾਰ ਜੀ ਪੁੱਛੇ ਕਿ ਲਿਆਓ ਬਈ ਐਗਰੀਕਲਚਰ ਕੀ ਕਰੇਗਾ ਕੀ ਪ੍ਰੋਗਰਾਮ ਹੈ, ਬਾਦਲ ਸਾਹਿਬ ਨੂੰ ਪੁੱਛ ਕੇ ਆਓ ਤੇ ਬਾਦਲ ਸਾਹਿਬ ਤੇ ਘਰ ਜਾ ਕੇ ਲੇਟ ਗਏ। ਅੱਛਾ ਸਿਰ ਤੇ ਪੱਟੀ ਬੰਨ ਲਈ, ਜਿਹੜੀ ਆਪਣੇ ਪੰਜਾਬ ਚ ਕੁੜੀਆਂ ਕਹਿੰਦੀਆਂ ਸੀ ਨਾ ਪੱਟੀ ਖਨ ਪੱਟੀ ਖਨ ਪੱਟੀ ਲੈ ਕੇ ਪੈ ਗਈ, ਯਾਦ ਹੈ ਇਹ ਸੱਚੀਆਂ ਗੱਲਾਂ ਨੇ। ਆਈ ਲਾਈਕ ਮਿਸਟਰ ਬਾਦਲ, ਮੈਂ ਉਹਨਾਂ ਦੇ ਨਾਲ ਰਿਹਾ ਵੀ ਹਾਂ ਤੇ ਬਾਅਦ ਵਿੱਚ ਵੀ ਬਹੁਤ ਵੇਖਿਆ ਹੈ, ਤੇ ਪੱਟੀ ਖਨ ਪੱਟੀ ਲੈ ਕੇ ਪੈ ਗਏ। ਬਲਦੇਵ ਸਿੰਘ ਦਾ ਘਰ ਹੈ 17 ਨੰਬਰ ਤੁਗਲਕ ਰੋਡ ਤੇ, ਬਲਦੇਵ ਸਿੰਘ ਨੇ ਬਣਾਇਆ ਸੀ, ਅਮੀਰ ਸੇਠ ਸੀ ਤੇ ਉੱਥੇ ਜਾ ਕੇ ਲੰਮੇ ਪੈ ਗਏ। ਤੇ ਬੀਬੀ ਸੁਰਿੰਦਰ ਕੌਰ ਇਹਨਾਂ ਦੀ ਘਰ ਵਾਲੀ, ਹੁਣ ਵਿਚਾਰੀ ਗੁਜ਼ਰ ਚੁੱਕੀ ਆ ਕੈਂਸਰ ਨਾਲ, ਬੜੇ ਇਲਾਜ ਕਰਾਏ ਤੇ ਉਹ ਬਾਹਰ ਖੜੀ ਰਿਹਾ ਕਰੇ। ਮੈਂ ਜੁਆਇੰਟ ਸੈਕਟਰੀ ਸੀ ਦਿੱਲੀ ਉਦੋਂ, ਅੱਛਾ ਕਿਸੇ ਐਗਰੀਕਲਚਰ ਮਿਨਿਸਟਰੀ 'ਚ ਕਿਸੇ ਹੋਰ ਮਹਿਕਮੇ 'ਚ, ਤੇ ਮੈਂ ਸ਼ਾਮ ਨੂੰ ਕਦੇ ਮਿਲਣ ਚਲੇ ਜਾਣਾ ਤੇ ਮੈਂ ਉਹਨੂੰ ਪੁੱਛਣਾ ਕਿ ਬੀਬੀ ਜੀ ਕੀ ਗੱਲ ਹੈ, ਸਰਦਾਰ ਸਾਹਿਬ ਦਾ ਤੇ ਸਿਰ ਫਟੀ ਜਾ ਰਿਹਾ। ਅੱਛਾ ਫਟੀ ਜਾ ਰਿਹਾ, ਪੱਟੀ ਖਨ ਪੱਟੀ ਲੈ ਕੇ ਪੈ ਗਏ ਨਾ, ਜਾ ਹੀ ਨਹੀਂ ਸਕਦੇ ਐਗਰੀਕਲਚਰ ਮਿਨਿਸਟਰੀ। ਹੁਣ ਉਹ ਐਗਰੀਕਲਚਰ ਨਾ ਜਾਵੇ, ਜੇ ਐਗਰੀਕਲਚਰ ਮਿਨਿਸਟਰ ਉੱਥੇ ਸੈਕਟਰੀ ਸੀ, ਮੈਂ ਵੀ ਰਿਹਾ ਉਸ ਉਸ ਮਿਨਿਸਟਰੀ ਦਾ, ਤੇ ਉਹਦੇ ਕੋਈ 4-5 ਤੇ ਅਡੀਸ਼ਨਲ ਸੈਕਟਰੀ ਸੀ, 15-17 ਜਾਂ 20 ਜੁਆਇੰਟ ਸੈਕਟਰੀ ਸੀ, ਬਹੁਤ ਵੱਡੀ ਮਿਨਿਸਟਰੀ ਸੀ। ਤੇ ਜਿਸ ਵੇਲੇ ਪ੍ਰਕਾਸ਼ ਸਿੰਘ ਉਹਦੀ ਜਾ ਕੇ ਉੱਥੇ ਗਏ ਤੇ ਕੁਰਸੀ ਤੇ ਬੈਠਣ ਲੱਗੇ ਤੇ 4 ਸਵੇਰੇ ਲੰਬਾ ਟੇਬਲ ਸੀ, ਮੀਲ ਲੰਬਾ, ਉਹਦੇ ਤੇ ਕਿਸੇ ਨੇ ਧੋਤੀ ਬੱਧੀ ਮਦਰਾਸੀ ਆ, ਕਿਸੇ ਨੇ ਕੁਛ ਬੱਧਾ, ਕਿਸੇ ਨੇ ਕੁਛ, ਕੋਈ ਸਾਊਥ ਕੋਈ ਨੌਰਥ, ਉਹ ਅਫਸਰ ਹੀ ਅਫਸਰ ਬੈਠੇ। ਉਹ ਤੇ ਕੰਮ ਗਿਆ ਕਿਉਂਕਿ ਉਹ ਹੀ ਵਾਜ਼ ਨੋਟ ਯੂਜ਼ ਟੂ ਆਲ ਦਿਸ, ਉੱਥੇ ਲੋਕਾਂ ਨੂੰ ਮਿਲਣ ਗਿੱਜਿਆ ਸੀ। ਉਹ ਬਸ ਘਰ ਆ ਕੇ ਲੰਮਾ ਪੈ ਗਿਆ ਤੇ ਉਹਨੂੰ ਕਹਿਣ ਕਿ ਆਓ ਜੀ ਦਫ਼ਤਰ, ਪੁਆਇੰਟ ਦੇਈਏ ਜਿਹਦੇ ਨਾਲ ਨਵੀਂ ਐਗਰੀਕਲਚਰ ਪੋਲਿਸੀ ਹੋਏਗੀ ਤੇ ਗੌਰਮੈਂਟ ਨੇ ਆਪਣਾ ਪ੍ਰੋਗਰਾਮ ਬਣਾਉਣਾ ਤੇ ਉਹ ਤਾਂ ਤੁਹਾਡਾ ਹੀ ਪ੍ਰੋਗਰਾਮ ਹੋਣਾ। ਪਾਰਲੀਮੈਂਟ ਖੁੱਲ੍ਹਣੀ ਹੈ 3-4 ਦਿਨ ਨੂੰ ਫਸਟ ਸੈਸ਼ਨ, ਪਰ ਉਹ ਸਰਦਾਰ ਮਜ਼ਾ ਲੈ ਜਾਵੇ ਉੱਥੋਂ ਉੱਠ ਕੇ। ਮੈਂ ਉਸ ਜਾਣਾ ਸਰਦਾਰਨੀ ਨਾਲ ਗੱਲ ਕਰਨੀ, ਉਹਨੇ ਕਹਿਣਾ ਜੀ ਸਰਦਾਰ ਸਾਹਿਬ ਦਾ ਤੇ ਸਿਰ ਫਟਦਾ ਜਾ ਰਿਹਾ। ਅੱਛਾ ਜਾਰਜ ਫਰਨੈਂਡਿਸ, ਹਿਸਟਰੀ ਹੈ ਇੰਡੀਆ ਦੀ, ਜਾਰਜ ਫਰਨੈਂਡਿਸ ਉਦੋਂ ਜਵਾਨ ਆਦਮੀ ਸੀ,
ਤੇ ਉਹ ਬੰਗਲੌਰ ਤੋਂ ਸੀ ਤੇ ਉਹ ਜਨਤਾ ਪਾਰਟੀ ਦਾ ਬਹੁਤ ਵੱਡਾ ਮਿਨਿਸਟਰ ਸੀ ਤੇ ਵੈਸੇ ਵੀ ਬੰਦਾ ਦਿਮਾਗ ਵਾਲਾ ਦਿਲ ਵਾਲਾ ਸੀ। ਉਹਨੇ ਵੇਖਿਆ, ਉਹਨੇ ਕਿਹਾ ਹੁਣ ਕੀ ਕਰੀਏ, ਉਹ ਖੜੀ ਮੁੜੀ ਆਵੇ ਉੱਥੇ ਆਵੇ ਤੁਗਲਕ ਰੋਡ, ਮੈਂ ਉੱਥੇ ਹੁੰਦਾ ਸੀ ਤੇ ਉਹ ਅੰਦਰ ਜਾਵੇ ਤੇ ਗੱਲ ਕਰੇ ਤੇ ਉਹ ਕਹੇ ਪ੍ਰਕਾਸ਼ ਪ੍ਰਕਾਸ਼, ਬਰਾਬਰ ਦੀ ਉਮਰ ਦੇ ਸੀ ਤੇ ਦੋਸਤ ਸੀ, ਪ੍ਰਕਾਸ਼ ਕਮ ਔਨ ਗੈਟ ਅਪ, ਆਈ ਐਮ ਗੋਇੰਗ ਟੂ ਟੇਕ ਯੂ ਆਲ ਓਵਰ ਇੰਡੀਆ ਐਂਡ ਆਈ ਐਮ ਗੋਇੰਗ ਟੂ ਮੇਕ ਯੂ ਐਨ ਇੰਡੀਆ ਨੈਸ਼ਨਲ ਲੀਡਰ। ਉਹਨੂੰ ਵੀ ਦੱਸੇ ਵੀ ਇਹ ਉੱਠਦਾ ਹੀ ਨਹੀਂ, ਤੈਨੂੰ ਪਤਾ ਮੈਂ ਉਸ ਜ਼ਮਾਨੇ ਦਾ ਮੁੰਡਾ ਹੈ ਜਦੋਂ ਢੱਗਿਆ ਨਾਲ ਹਲਵਾਈ ਦਾ ਸੀ, ਬਿਲਕੁਲ ਢੱਗਿਆ ਨਾਲ ਟਰੈਕਟਰ ਤੇ ਵੇਖਿਆ ਹੀ ਨਹੀਂ ਸੀ ਵਿੱਚ ਆਏ ਨੇ 50 ਦੇ ਬਾਅਦ ਵਿੱਚ 60 ਦੇ ਬਾਅਦ ਵਿੱਚ, ਤੇ ਉਹ ਬਥੇਰਾ ਇਹਨੂੰ ਪੁੱਜਾ ਮਾਰੇ ਪਰ ਪ੍ਰਕਾਸ਼ ਉਹਦੇ ਕੋਲੋਂ ਵੀ ਨਹੀਂ ਸੀ ਉੱਠਦਾ। ਫਿਰ ਅਲਟੀਮੇਟਲੀ ਮੁਰਾਰਜੀ ਦੇਸਾਈ ਨੇ ਉਹ ਕਵੇ ਮੈਂ ਤੇ ਬਸ ਹੋਈ ਹੈ, ਤੇ ਫਿਰ ਮੁਰਾਰਜੀ ਦੇਸਾਈ ਨੇ ਇਹਦਾ ਅਸਤੀਫਾ ਲੈ ਲਿਆ ਪ੍ਰਕਾਸ਼ ਦਾ, ਇਹ ਛਾਲਾਂ ਮਾਰ ਕੇ ਪੰਜਾਬ ਨੂੰ ਭੱਜ ਗਏ। ਆਹ ਜਿਹੜਾ ਹੈਗਾ ਹੈ ਯੂਨੀਅਨ ਟੈਰੀਟਰੀ ਤੋਂ ਬਾਹਰ ਜਿਹੜੀ ਪੰਜਾਬ ਦੀ ਬਾਊਂਡਰੀ ਦੇ ਹੱਦੀ ਹੈ ਜ਼ੀਰਕਪੁਰ, ਉੱਥੇ ਉਦੋਂ ਜ਼ਮੀਨਾਂ ਹੀ ਸੀ, ਪਰ ਇਹ ਇਹਨਾਂ ਦੇ ਦਿਮਾਗ 'ਚ ਹੈਗੀ ਸੀ। ਉੱਥੇ ਇਹਨੇ ਝੱਟ 2-4-5 ਏਕੜ ਜ਼ਮੀਨ ਲੈ ਲਈ ਅਤੇ ਕੋਠਾ ਪਾ ਲਿਆ, ਇੱਕ ਟਿਊਬਵੈੱਲ ਲਾ ਦਿੱਤਾ, ਇਹਨੂੰ ਪਤਾ ਸੀ ਵੀ ਇਹ ਜ਼ਮੀਨ ਦਾ ਮੁੱਲ ਪੈਣਾ ਅਤੇ ਅੱਜ ਪੈਂਦਾ, ਅਤੇ ਕਮਾਇਆ ਇਹਨਾਂ ਸਾਰਿਆਂ ਨੇ ਕਮਾਇਆ ਹਾਂਜੀ। ਅਤੇ ਉਹਨੇ ਬਰਨਾਲੇ ਨੂੰ ਬਣਾ ਦਿੱਤਾ ਐਗਰੀਕਲਚਰ ਮਿਨਿਸਟਰ, ਬਰਨਾਲਾ ਹੁਣ ਵਕੀਲ ਸੀ, ਸੰਗਰੂਰ ਚੋਂ ਹੀ ਕਿਤੇ ਨੁੱਕਰ ਚੋਂ ਹੈਗਾ ਸੀ ਪਰ ਵਕੀਲ ਸੀ। ਉਹਨੇ ਉਹ ਠੰਡੇ ਦਿਲ ਨਾਲ ਉਹ ਚਲਾਈ, ਉਹਦੇ ਬਾਅਦ ਉਹ ਕਈ ਮਿਨਿਸਟਰੀਆਂ ਦਾ ਬਣਿਆ, ਉਹਦੇ ਬਾਅਦ ਇੱਕ ਸਟੇਜ 'ਤੇ ਜਨਤਾ ਦਲ ਜਿਹੜੀ ਗੌਰਮੈਂਟ ਸੀ, ਚਰਨ ਸਿੰਘ ਔਰ ਮੁਰਾਰਜੀ ਔਰ ਇਹਨਾਂ ਦੀ ਆਪਸੀ ਦੀ ਲੜਾਈ ਹੋ ਰਹੀ ਸੀ, ਅਤੇ ਉਹਨਾਂ ਨੇ ਇਹ ਵੀ ਸੋਚਿਆ ਕਿ ਬਰਨਾਲੇ ਨੂੰ ਪ੍ਰਾਈਮ ਮਿਨਿਸਟਰ ਬਣਾ ਦਈਏ। ਮੁਲਾਇਮ ਸਾਹਿਬ ਦਾ ਆਦਮੀ ਸੀ, ਠੰਡੇ ਦਿਲ ਦਾ, ਠੰਡਾ ਬੋਲਣਾ, ਹਲਕਾ ਬੋਲਣਾ, ਤੇ ਉਹਨਾਂ ਕਿਹਾ ਜੀ ਤਕਰੀਬਨ ਬਣਾ ਹੀ ਦਿੱਤਾ ਸੀ। ਅੱਛਾ, ਰਹਿੰਦੀ ਰਹਿ ਗਈ ਤੇ ਫਿਰ ਗੁਜਰਾਲ ਬਣ ਗਿਆ ਬੁਸ਼ਰਟ ਪਾ ਕੇ। ਅੱਛਾ, ਮੈਨੂੰ ਇਹ ਦੱਸਿਓ ਵੀ ਤੁਹਾਡਾ ਦਿੱਲੀ ਤੋਂ ਫਿਰ ਪੰਜਾਬ ਦੇ ਸਕੱਤਰੇਤ ਦੇ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ ਬਤੌਰ ਪ੍ਰਿੰਸੀਪਲ ਸੈਕਟਰੀ, ਕਿਉਂਕਿ ਇਹ ਮੰਨਿਆ ਹੀ ਜਾਂਦਾ ਹੈ ਕਿ ਅਮੂਮਨ ਜੇਕਰ ਆਪਸੀ ਭਰੋਸਾ ਬਹੁਤ ਜ਼ਿਆਦਾ ਹੋਵੇ ਤਾਂ ਸਰਕਾਰ ਤਾਂ ਪ੍ਰਿੰਸੀਪਲ ਸੈਕਟਰੀ ਚਲਾਉਂਦੇ ਜਿਹੜੀ ਮਰਜ਼ੀ ਫਾਈਲ ਕਢਾ ਲੈਣ, ਜਿੱਥੇ ਮਰਜ਼ੀ ਸਾਈਨ ਕਰਾ ਲੈਣ। ਆਮ ਤੌਰ 'ਤੇ ਮੁੱਖ ਮੰਤਰੀਆਂ ਕੋਲ ਇੰਨਾ ਸਮਾਂ ਨਹੀਂ ਹੁੰਦਾ, ਉਹਨਾਂ ਦੇ ਸਿਆਸੀ ਰੁਝੇਵੇਂ ਜ਼ਿਆਦਾ ਹੁੰਦੇ ਆ, ਸੋ ਜਿਹੜੀ ਮਰਜ਼ੀ ਫੈਸਲੇ ਕਰਾ ਲਓ, ਥੱਲੇ ਅਫਸਰਾਂ ਨੂੰ ਡਿਕਟੇਟ ਕਰ ਦਿਓ, ਈਵਨ ਸਰਕਾਰ ਤੁਸੀਂ ਲੋਕ ਹੀ ਚਲਾਉਂਦੇ ਸੀ, ਇਹ ਸਬੱਬ ਉੱਥੇ ਆਉਣ ਦਾ ਕਿਵੇਂ ਬਣਿਆ ਤੇ ਫਿਰ ਗਾਂ ਕਿਵੇਂ ਬੀਤੀ? ਸਬੱਬ ਇੱਕਦਮ ਬਣਿਆ। ਮੇਰਾ ਹਾਲੀ ਇੱਕ ਸਾਲ ਰਹਿੰਦਾ ਸੀ, 1.5 ਸਾਲ ਜੁਆਇੰਟ ਸੈਕਟਰੀਸ਼ਿਪ ਦਿੱਲੀ 'ਚ ਟਰਮ ਹੁੰਦੀਆਂ ਨੇ 5 ਸਾਲ ਦੀ, ਤੇ ਫਿਰ ਮੈਂ ਵਾਪਸ ਜਾਣਾ ਸੀ। ਸੋ ਮੈਂ ਦਿੱਲੀ ਸੀ ਤੇ ਇਹ ਪ੍ਰਕਾਸ਼ ਸਿੰਘ ਹੋਰੀ ਇੱਕਦਮ ਵਾਪਸ ਚਲੇ ਗਏ ਤੇ ਉਹ ਜ਼ੀਰਕਪੁਰ ਕੋਠੇ 'ਚ ਬੈਠ ਗਏ, ਤੇ ਉਸੇ ਵੇਲੇ ਇਲੈਕਸ਼ਨ ਆ ਗਈ ਸਟੇਟਾਂ ਦੀ, ਪੰਜਾਬ ਦੀ, ਤੇ ਜਿੱਤ ਗਏ ਨੈਚੁਰਲੀ, ਤੇ ਹੀ ਵਾਸ ਟੂ ਬੀ ਚੀਫ ਮਿਨਿਸਟਰ। ਤੇ ਇਹ ਪ੍ਰਕਾਸ਼ ਸਿੰਘ ਹੋਰਾਂ ਨੇ ਫੈਸਲਾ ਕਰ ਲਿਆ ਕਿ ਇਹਨੂੰ ਮਨੋਹਰ ਸਿੰਘ ਨੂੰ ਲਿਆਓ। ਇਹ ਤੇ ਹੁਣ ਉਹ ਕਹਿ ਸਕਦੇ ਵੀ ਮੈਂ ਕਿਉਂ ਲਿਆਂਦਾ, ਤੇ ਮੈਨੂੰ ਚੀਫ ਮਿਨਿਸਟਰ ਜਿਹੜਾ ਸਟੇਟ ਦਾ ਨਵਾਂ ਹੋਵੇ ਉਹ ਜਿਹਦੇ 'ਤੇ ਮਰਜ਼ੀ ਉਂਗਲ ਰੱਖਦੇ। ਸੋ ਇਹਨਾਂ ਨੇ ਮੇਰੇ 'ਤੇ ਉਂਗਲ ਰੱਖਤੀ ਅਤੇ ਸੈਂਟਰ ਨੂੰ ਕਹਿ ਦਿੱਤਾ ਕਿ ਇਹਨੂੰ ਭੇਜੋ ਵਾਪਸ। ਤੁਹਾਡੇ 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 ਨਾਲ ਇਹ ਫੇਵਰ ਇਸ ਕਰਕੇ ਤਾਂ ਨਹੀਂ ਹੋਈ ਕਿ ਤੁਹਾਡੇ ਪਿਤਾ ਜੀ ਨਾਲ ਸੰਬੰਧ ਸੀ ਔਰ ਬਾਦਲ ਸਾਹਿਬ ਦੀ ਉਹ ਮਦਦ ਕਰਦੇ ਰਹੇ ਅਤੇ ਉਹਨਾਂ ਨੂੰ ਲੱਗਿਆ ਵੀ ਸਰਦਾਰ ਕਰਨਲ ਪ੍ਰਤਾਪ ਸਿੰਘ ਜੀ ਨੂੰ ਆਪਾਂ ਅਪਲਾਈਜ਼ ਕਰ ਲਈਏ, ਨਾਲੇ ਸਾਡੀ ਮਦਦ ਕਰਦੇ ਰਹਿਣਗੇ, ਫਸੇ ਗੱਡੇ ਕੱਢਦੇ ਰਹਿਣਗੇ, ਅਤੇ ਉੱਧਰੋਂ ਤੁਸੀਂ ਵੀ ਖਾੜਕੂ ਸੁਭਾਅ ਵਾਲੇ ਸੀ ਵੀ ਇਹਨਾਂ ਦਾ ਵੀ ਇਹ ਫਾਇਦਾ ਹੋ ਜੂ? ਨਹੀਂ, ਇਹ ਸੱਚੀ ਗੱਲ ਹੈ, ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਗੱਲ ਨਹੀਂ ਹੋਈ, ਬਿਕੋਜ਼ ਪੋਲੀਟਿਕਸ ਵਿੱਚ ਇਹ ਤਿੰਨਾਂ ਨੇ
ਬਾਦਲ ਦੌੜਾ ਤੇ ਤਲਵੰਡੀ ਇਹ ਤਿੰਨਾਂ ਨੇ ਕਰਨਲ ਪ੍ਰਤਾਪ ਸਿੰਘ ਨੂੰ ਠੱਬੀ ਮਾਰੀ। ਅੱਛਾ, ਕੋਈ ਟਿਕਟ ਨਹੀਂ ਦਿੱਤੀ, ਕੁਛ ਨਹੀਂ ਦਿੱਤਾ, ਜਦੋਂ ਸਭ ਕੁਛ ਇਹਨਾਂ ਇਹ ਇਹਨਾਂ ਦਾ ਮੰਨਦੇ ਸੀ, ਇਹਨਾਂ ਇਹ ਇਹਨਾਂ ਦੀ ਸੁਣਦੇ ਸੀ, ਤੇ ਉਹ ਆਪਣਾ MLA ਉਹਨਾਂ ਦੇ ਆ ਗਏ ਤੇ ਬਣਨਾ ਹੀ ਸੀ ਪ੍ਰਕਾਸ਼ ਸਿੰਘ ਨੇ ਚੀਫ ਮਿਨਿਸਟਰ। ਸੋ ਇਹ ਨਹੀਂ, ਉਹਨਾਂ ਨੇ ਕੋਈ ਫੇਵਰ ਨਹੀਂ ਕੀਤੀ। ਇਨਫੈਕਟ ਜੇ ਫੇਵਰ ਪੁੱਛਦੇ ਜੀ ਮੈਥੋਂ ਅੱਜ ਪੁਰਾਣੀਆਂ ਗੱਲਾਂ ਨੇ, ਤੇ ਬਾਦਲ ਇੰਨੀ ਵਾਰ ਰਿਹਾ ਹੈ, ਕਦੀ ਉਹਨੇ ਕਰਨਲ ਪ੍ਰਤਾਪ ਸਿੰਘ ਨੂੰ ਚੇਅਰਮੈਨ ਨਹੀਂ ਕਿਸੇ ਕਾਰਪੋਰੇਸ਼ਨ ਦਾ ਬਣਾਇਆ ਜਾਂ ਕੋਈ ਹੋਰ ਹੈ, ਬਿਲਕੁਲ ਹੀ ਨਹੀਂ। ਸੁੱਕਾ ਸੁੱਕਾ, ਲੇਕਿਨ ਹਰ ਚੀਜ਼ ਦੀ ਮਦਦ ਲਈ, ਸਲਾਹ ਲਈ ਉਹਨਾਂ ਦੀ ਪੂਰੀ ਸੁਣਦੇ ਸੀ। ਇਹ ਅਜੀਬ ਜੀ ਗੱਲ ਹੈ, ਪਰ ਹੋਈ ਇਸ ਤਰ੍ਹਾਂ। ਪਰ ਜਦੋਂ ਤੁਸੀਂ ਆ ਗਏ ਫਿਰ ਚੰਡੀਗੜ੍ਹ, ਤੁਸੀਂ ਚੰਡੀਗੜ੍ਹ ਆ ਗਏ ਔਰ ਸਕੱਤਰਤ ਦੇ ਵਿੱਚ ਕੁੰਜੀਆਂ ਸਾਂਭ ਲਈਆਂ, ਮੁੱਖ ਮੰਤਰੀ ਸਾਹਿਬ ਦਾ ਸ਼ੌਂਕ ਸੀ ਵੀ ਉਹ ਪਿੰਡਾਂ ਦੇ ਵਿੱਚ ਵਿਆਹਾਂ ਤੇ ਭੋਗਾਂ ਤੇ ਕਾਨਫਰੰਸਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਰੁਝੇਵੇਂ 'ਚ ਗੱਡੀ ਚੱਲ ਸੋ ਚੱਲ ਸੀ ਇੱਧਰੋਂ ਇੱਧਰ ਨੂੰ। ਸਕੱਤਰੇ 'ਚ ਉਹ ਘੱਟ ਹੀ ਬਹਿੰਦੇ ਸੀ ਜਦੋਂ ਬਹਿੰਦੇ ਸੀ, ਵੈਸੇ ਤਾਂ ਉਹ ਬਹੁਤ ਸਮੇਂ ਸਿਰ ਉੱਠਦੇ, ਬਾਦਲ ਸਾਹਿਬ ਦੀ ਇਹ ਹੁਣ ਤੱਕ ਵੀ ਹੈ, ਸਮੇਂ ਸਿਰ ਉੱਠਦੇ ਆ, ਲੇਟ ਤੱਕ ਕੰਮ ਕਰਦੇ ਆ, ਪਰ ਉਹਨਾਂ ਦਾ ਜ਼ਿਆਦਾ ਸ਼ੌਂਕ ਲੋਕਾਂ 'ਚ ਵਿਚਰਨਾ ਸੀ। ਤੇ ਸਰਕਾਰ ਕਿਵੇਂ ਚੱਲਦੀ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਹੁਣੇ ਹੁਣੇ ਇਹੀ ਗੱਲਾਂ ਹੁੰਦੀਆਂ ਰਹੀਆਂ ਕਿ ਉਹ ਤਾਂ ਜੀ ਮਹਿਲ 'ਚ ਰਾਜਿਆਂ ਵਾਂਗ ਰਹਿੰਦੇ ਆ, ਸਰਕਾਰ ਖੜੋਤ 'ਚ ਆ ਜਾਂਦੀ ਆ। ਸੁਰੇਸ਼ ਕੁਮਾਰ ਜੀ ਬਤੌਰ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਉਹਨਾਂ ਨੇ ਜਿਹੜਾ ਸਰਕਾਰ ਨੂੰ ਚਲਾਇਆ ਅੱਗੇ, ਹਾਲਾਂਕਿ ਸਾਰੇ ਕੰਮ ਪ੍ਰੋਪਰ ਹੁੰਦੇ ਰਹੇ, ਤੁਸੀਂ ਇਹਨੂੰ ਕਿਵੇਂ ਫਿਰ ਉਦੋਂ ਸਰਕਾਰ ਨੂੰ ਸਾਂਭਿਆ? ਬਾਦਲ ਸਾਹਿਬ ਪੂਰਾ ਸਮਾਂ ਦਿੰਦੇ ਸੀ ਜਾਂ ਨਹੀਂ ਦਿੰਦੇ ਸੀ, ਕਿਵੇਂ ਦੀ ਵਰਕਿੰਗ ਸੀ ਤਾਂ ਕਿ ਅੱਜ ਵਾਲੇ ਲੋਕ ਵੀ ਸਮਝ ਸਕਣ? ਇਹ ਠੀਕ ਹੈ, ਬਾਦਲ ਸਾਹਿਬ ਦਾ ਘਰ ਹੈ ਉੱਥੇ ਬਾਦਲ ਦੇ ਵਿੱਚ, ਪਿੰਡ ਵਿੱਚ ਬਿਲਕੁਲ ਵੈਸਟਰਨ ਨੁੱਕਰ ਤੇ ਜਾ ਕੇ ਰਾਜਸਥਾਨ ਨਾਲ ਲੱਗਦਾ, ਠੀਕ ਹੈ ਨਾ, ਤੇ ਚੰਡੀਗੜ੍ਹ ਇੱਥੇ ਹੈ। ਤੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਸਾਂਭ ਲਿਆ ਕੰਮ, ਤੇ ਉਦੋਂ ਅੱਜ ਕੱਲ੍ਹ ਜੋ ਡਰਾਮੇ ਹੁੰਦੇ ਆ ਇਹ ਨਹੀਂ ਸੀ ਇਹ ਹੁੰਦੇ। ਮੈਂ ਪ੍ਰਿੰਸੀਪਲ ਸੈਕਟਰੀ ਸੀ ਔਰ ਮੇਰੇ ਉੱਤੇ ਕੋਈ ਨਹੀਂ ਸੀ, ਮੇਰੇ ਉੱਤੇ ਚੀਫ ਮਿਨਿਸਟਰ ਸੀ ਜੀ, ਔਰ ਮੇਰਾ ਪੂਰਾ ਉਸ ਦਫ਼ਤਰ ਦੇ ਉੱਤੇ ਕਬਜ਼ਾ ਸੀ। ਤੇ ਅੱਜ ਕੱਲ੍ਹ ਤੇ ਕਿੰਨੇ ਕਿੰਨੇ ਰੱਖੇ ਹੋਏ ਨੇ, ਤੁਸੀਂ ਗਿਣ ਲਓ ਇਹਨਾਂ ਦੇ, ਅਮਰਿੰਦਰ ਦੇ ਵੀ ਤੇ ਇਹਨਾਂ ਅੱਜ ਆ ਹੁਣ ਵਾਲਿਆਂ ਦੇ ਵੀ। ਸੋ ਮੇਰੇ 'ਤੇ ਕੋਈ ਨਹੀਂ ਸੀ। ਸੋ ਮੈਂ ਜਾ ਕੇ ਫਟਾਫਟ ਚਾਰਜ ਲੈ ਲਿਆ ਜਦੋਂ ਉਹਨਾਂ ਨੇ ਦਿੱਲੀਓਂ ਗਵਰਨਮੈਂਟ ਆਫ ਇੰਡੀਆ ਨੇ ਆਰਡਰ ਕੱਢ ਦਿੱਤੇ ਕਿ ਤੈਨੂੰ ਵਾਪਸ ਕਰਤਾ ਪੰਜਾਬ ਨੂੰ, ਉਹ ਮੰਗ ਰਹੇ ਨੇ। ਸੋ ਮੈਂ ਚਲੇ ਗਿਆ ਅਤੇ ਉਹਨਾਂ ਕਿਹਾ ਵੀ ਆਹ ਤੇਰੀ ਨੌਕਰੀ ਹੈ, ਅਤੇ ਮੈਂ ਜਾ ਕੇ ਬਹਿ ਗਿਆ ਅਤੇ ਕੰਮ ਅਸੀਂ ਸ਼ੁਰੂ ਕਰਤਾ। ਔਰ ਇਹ ਗੱਲ ਸੱਚੀ ਹੈ ਕਿ ਬਾਦਲ ਸਾਹਿਬ ਗਿੱਦੜਬਾਏ ਨੂੰ ਉੱਧਰ ਬਾਦਲ ਪਿੰਡ ਨੂੰ ਹੀ ਭਜਦੇ ਸੀ ਲੋਕਾਂ ਵੱਲ, ਅਤੇ ਮੈਂ ਇੱਕ ਹਾਸੇ ਵਾਲੀ ਗੱਲ ਵੀ ਬਣਾਈ ਸੀ। ਉਦੋਂ ਨਿਕਸਨ ਸੀ ਪ੍ਰੈਜ਼ੀਡੈਂਟ ਆਫ ਅਮਰੀਕਾ। ਅੱਛਾ, ਅਤੇ ਸਾਰੇ ਪ੍ਰੈਜ਼ੀਡੈਂਟ ਜਿਹੜੇ ਨੇ ਅਮਰੀਕਾ ਦੇ, ਅੱਜ ਵੀ ਜਿਹੜਾ ਹੈਗਾ ਬਾਈਡਨ, ਉਹਦੇ ਉਹਦੇ ਜਿੱਥੇ ਜਿੱਥੇ ਉਹ ਜਿੱਥੋਂ ਆਇਆ ਸੀ ਜਿਸ ਜ਼ਿਲ੍ਹੇ 'ਚੋਂ ਔਰ ਉੱਥੇ ਰਹਿੰਦਾ ਸੀ ਅਤੇ ਉਹਦਾ ਕਾਰੋਬਾਰ ਹੈ ਜੈਸਾ ਵੀ ਹੈ, ਅਤੇ ਉਹ ਉੱਥੇ ਜਾਂਦਾ। ਸੋ ਨਿਕਸਨ ਦਾ, ਨਿਕਸਨ ਨੇ ਇੱਕ ਘਰ ਖਰੀਦ ਲਿਆ ਸੀ ਛੋਟਾ ਜਿਹਾ, ਈਵਨ ਨੋਟ ਏ ਵੈਰੀ ਰਿਚ ਮੈਨ ਬਟ ਸਟਿਲ ਇੰਨੇ ਕੁ ਪੈਸੇ ਮਿਲੀ ਜਾਂਦੇ, ਅਤੇ ਉਹਨੇ ਉੱਧਰ ਕੈਲੀਫੋਰਨੀਆ ਦੇ ਵਿੱਚ ਉਹਦਾ ਘਰ ਸੀ ਜੀ। ਉਹ ਵੀਕਐਂਡ 'ਤੇ ਜਾਂ ਇਸ ਤਰ੍ਹਾਂ ਉਸ ਤਰ੍ਹਾਂ ਚਲੇ ਜਾਂਦਾ ਸੀ, ਉੱਥੇ ਜਾਂਦਾ ਸੀ, ਅਤੇ ਮੈਂ ਹੱਸ ਕੇ ਬਾਦਲ ਦਾ ਕਹਿਣਾ ਸ਼ੁਰੂ ਕਰਤਾ। ਮੈਂ ਕਿਹਾ ਸਾਡਾ ਵੈਸਟਰਨ ਵਾਈਟ ਹਾਊਸ, ਵੈਸਟਰਨ ਵਾਈਟ ਹਾਊਸ, ਕਿਉਂਕਿ ਨਿਕਸਨ ਦਾ ਵੈਸਟਰਨ ਵਾਈਟ ਹਾਊਸ ਉੱਥੇ ਸੀ ਨਾ, ਵੈਸਟਰਨ ਉੱਪਰੇ ਜਾ ਕੇ, ਅਤੇ ਮੈਂ ਕਿਹਾ ਸਾਡਾ ਵੈਸਟਰਨ ਵਾਈਟ ਹਾਊਸ ਅਤੇ ਪਾਊ ਬਾਦਲ ਪਿੰਡ ਹੈ। ਇਹ ਸੱਚੀ ਗੱਲ ਹੈ ਔਰ ਇਹ ਚੱਲਦੀ ਰਹੀ ਕਿ ਇਹਨੇ ਦੇ ਦੌੜ ਜਾਣਾ ਉੱਧਰ ਨੂੰ, ਅਤੇ ਜੋ ਤੁਸੀਂ ਕਹਿ ਰਹੇ ਜੀ ਠੀਕ ਹੈ। ਫਾਈਲਾਂ ਫਿਰ ਕਿੱਦਾਂ ਕਢਾਉਂਦੇ ਸੀ? ਉਹ ਫਾਈਲਾਂ ਫੁਲਾਂ, ਅੱਛਾ, ਫਾਈਲਾਂ ਦੀ ਪ੍ਰੋਬਲਮ ਇਹ ਹੁੰਦੀ ਸੀ ਕਿ ਸਾਰੇ ਮਿਨਿਸਟਰ ਅੱਜ ਵੀ ਪੰਜਾਬ 'ਚ ਹੋਣੀ ਆ ਕਿ ਹਰ ਇੱਕ ਫਾਈਲ ਚੀਫ ਮਿਨਿਸਟਰ ਨੂੰ ਭੇਜਦੇ ਨੇ, ਹਾਂਜੀ, ਅਤੇ ਉਹ ਤਾਂ ਫਿਰ ਕੰਮ ਚੱਲਦਾ ਹੀ ਨਹੀਂ, ਆਪ ਵੀ ਉਹ ਭੇਜ ਦਿੰਦੇ ਨੇ, ਅਤੇ ਸਿਸਟਮ ਹੀ ਉੱਥੇ ਇਹ ਹੈ
ਕਿ ਸਾਰੇ ਮਨਿਸਟਰਾਂ ਦੀਆਂ ਫਾਈਲਾਂ ਜਿਹੜੀਆਂ ਇੰਪੋਰਟੈਂਟ ਨੇ ਉਹ ਚੀਫ ਮਿਨਿਸਟਰ ਕੋਲ ਆਉਂਦੀਆਂ, ਅੱਜ ਵੀ ਆਉਂਦੀਆਂ ਹੋਣੀਆਂ ਇਹਦੇ ਕੋਲ ਜਿਹੜਾ ਹੈਗਾ ਅਮਾਨ ਅਤੇ ਸੋ ਉਹ ਫਾਈਲਾਂ ਆਈ ਜਾਣੀਆਂ ਅਤੇ ਢੇਰ ਲੱਗੀ ਜਾਣੇ ਅਤੇ ਉੱਥੇ ਤਾਂ ਮੈਂ ਹੀ ਬੈਠਾ, ਹੋਰ ਤਾਂ ਕੋਈ ਹੈ ਹੀ ਨਹੀਂ। ਮੈਂ ਫਿਰ ਉਹ ਕੱਢਦਾ ਹੁੰਦਾ ਸੀ, ਉਹ ਗੌਰਮੈਂਟ ਮੈਂ ਚਲਾਈ ਆ, ਅਜੇ ਪੁਰਾਣੀ ਗੱਲ ਹੈ, ਪਰ ਜਾ ਕੇ ਫਾਈਲਾਂ ਕੱਢ ਲਓ ਅਤੇ ਵੇਖ ਲਓ ਅਤੇ ਉਹਨਾਂ ਦੇ ਵਿੱਚੋਂ ਉਸ ਵੇਲੇ 25-30 ਸਾਲ ਪਹਿਲਾਂ ਦੀਆਂ ਜਿਹੜੀ ਮੈਂ ਗੱਲ ਕਰ ਰਿਹਾ ਜੀ, ਉਸ ਵੇਲੇ ਦੇ ਬਾਦਲ ਗਵਰਨਮੈਂਟ ਦੇ ਜਿਹੜੇ ਕੰਮ ਸੀ ਉਹਨਾਂ ਨੂੰ ਫਾਈਲਾਂ ਕੱਢੋਗੇ ਅਤੇ ਉਹ 70% 80% ਨਿਕਲਣਗੀਆਂ, ਜਿਨ੍ਹਾਂ ਦੇ ਵਿੱਚ ਫਾਈਲ ਖੋਲੋਗੇ ਅਤੇ ਉਹ ਜਿੱਥੇ ਆਖਰੀ ਦਸਖਤ ਕਰਨੇ ਉੱਥੇ MS ਗਿੱਲ ਦਾ CM agrees ਵੱਡੇ ਵੱਡੇ ਮੇਰੇ ਸਿਗਨੇਚਰ ਵੀ ਐਡੇ ਸਾਰੇ ਆ, ਉਹ ਹੈ ਇਹ ਮੈਂ ਮੇਰਾ ਕੰਮ ਹੈ। ਅੱਛਾ, ਮੈਂ ਇੱਕ ਗੱਲ ਕੀਤੀ ਸੀ ਔਰ ਉਹਦੇ ਵਿੱਚ ਰਵੀ ਇੰਦਰ ਉਹ ਤਾਂ ਜ਼ਿੰਦਾ ਆ ਅੱਜ, ਅਤੇ ਜਿਹੜਾ ਉਹ ਬਲਦੇਵ ਸਿੰਘ ਦਾ ਮੁੰਡਾ ਸੀ, ਕੀ ਨਾਂ ਉਹਦਾ, ਤੁਹਾਨੂੰ ਹੀ ਆਉਂਦਾ ਹੋਣਾ, ਰਵਿੰਦਰ ਸਿੰਘ ਦੇ ਭਰਾਤਾ ਜਿਹੜੇ ਸੀ, ਜਿਹੜਾ ਉਹ ਕਜ਼ਨ ਸੀ ਰਵਿੰਦਰ ਦਾ, ਮੈਨੂੰ ਨਾਮ ਮੇਰੇ ਵੀ ਦਿਮਾਗ ਚੋਂ ਨਿਕਲ ਗਿਆ। ਹਾਂਜੀ ਹਾਂਜੀ, ਤੇ ਉਹ ਦੋਵੇਂ ਕਜ਼ਨ ਸੀ ਔਰ ਉਹ ਬਲਦੇਵ ਸਿੰਘ ਦਾ ਮੁੰਡਾ ਵਿਆਹਿਆ ਸੀ ਬਾਦਲ ਦੀ ਕਜ਼ਨ ਨੂੰ, ਸੋ ਰਿਸ਼ਤਾ ਸੀ ਬਣਿਆ ਸਰਦਾਰ ਤੇਜਾ ਸਿੰਘ ਦੀ ਬੇਟੀ ਵੱਲ, ਹੈ ਨਾ। ਹਾਂ, ਤੇ ਉਹਦਾ ਨਾਂ ਨਹੀਂ ਹੈ, ਸੋ ਮੇਰੇ ਮੂੰਹ ਤੇ ਆ ਰਿਹਾ, ਮੈਨੂੰ ਵੀ ਭੁੱਲ ਗਿਆ। ਚਲੋ ਅੱਗੇ ਕਰਦੇ ਅੱਗੇ। ਹਾਂਜੀ, ਤੇ ਉਹ ਇੱਕ ਵਾਰ ਉਹਨਾਂ ਨੇ ਮੈਨੂੰ ਕਿਹਾ ਜਦੋਂ ਇਹਦੀ ਗੌਰਮੈਂਟ ਸੀ, ਤੇ ਦੋਵੇਂ ਮੇਰੇ ਨਾਲ ਤੇ ਗੱਪਸ਼ਪ ਮਾਰਦੇ ਸੀ, ਉਹ ਪੜ੍ਹਿਆ ਲਿਖਿਆ ਆਦਮੀ ਸੀ ਤੇ ਕਿਸੇ ਹੋਰ ਲੈਵਲ ਦਾ ਸੀ ਜੀ। ਉਹਨਾਂ ਨੇ ਮੈਨੂੰ ਕਿਹਾ MS, ਰਵਿੰਦਰ ਮੈਨੂੰ ਕਹਿੰਦਾ MS, ਇਹ ਤੇਰੇ ਸਰਦਾਰ ਤੇਰੇ ਬੌਸ ਦੇ ਸਿਰ ਚ ਤੂੜੀ ਬੜੀ ਭਰੀ ਹੈ। ਅੱਛਾ, ਤੂੜੀ ਉਹਨਾਂ ਦਾ ਰਿਸ਼ਤਾ ਸੀ ਤੇ ਅਸੀਂ ਇਧਰੋਂ ਚਲਾਵਾਂਗੇ, ਮਤਲਬ ਅਸੀਂ ਜੋ ਮਰਜ਼ੀ ਉਹਨੂੰ ਕਹੀਏ ਤੇ ਮਨਵਾ ਸਕਦੇ ਹਾਂ, ਤੇ ਤੂੰ ਉਧਰੋਂ ਫਾਈਲਾਂ ਦੇ ਵਿੱਚ ਕਰਦਾ ਰਹਿ। ਮੈਂ ਉਹਨੂੰ ਠੋਕ ਕੇ ਜਵਾਬ ਦਿੱਤਾ, ਮੈਂ ਕਿਹਾ ਰਵਿੰਦਰ ਇਹ ਤਾਂ ਨਹੀਂ ਹੋ ਸਕਦਾ, ਜੇ ਮੈਂ ਚੀਫ ਮਿਨਿਸਟਰ ਦਾ ਸੈਕਟਰੀ ਹਾਂ ਤੇ ਮੈਂ ਫਿਰ ਆਪਣਾ ਦੀਨ ਅਮਾਨ ਉਹਦੇ 'ਤੇ ਲਾਉਣਾ ਹੈ, ਜੋ ਵੀ ਮੈਂ ਕੰਮ ਕਰੂੰਗਾ, ਬੇਈਮਾਨੀ ਤਾਂ ਕੀ ਕਰਨੀ ਹੈ, ਬਟ ਜੋ ਵੀ ਮੈਂ ਕੰਮ ਕਰੂੰਗਾ ਮੈਂ ਚੀਫ ਮਿਨਿਸਟਰ ਦੀ ਲਾਇਲਟੀ 'ਚ ਕਰਨਾ, ਇਹ ਨਹੀਂ ਹੋ ਸਕਦਾ। ਔਰ ਮੈਂ ਅੱਛਾ ਜੀ ਇਹ ਮੈਂ ਅੱਜ ਵੀ ਕਹਿ ਸਕਦਾ ਹੌਸਲੇ ਨਾਲ ਕਿ ਮੈਂ ਕੀਤਾ ਜੀ। ਔਰ ਇਸ ਤਰ੍ਹਾਂ ਹੀ ਅੱਛਾ ਗਵਰਨਮੈਂਟ ਬਣੀ ਸੀ ਬੜੀ ਮੁਸ਼ਕਲ ਨਾਲ, ਜਨਸੰਘ ਨੂੰ ਨਾਲ ਰਲਾ ਕੇ, ਬਲਰਾਮ ਜੀ ਦਾਸ ਟੰਡਨ ਉਹਨਾਂ ਦਾ ਸੀਨੀਅਰ ਆਦਮੀ ਸੀ, ਉਹ ਇੰਡਸਟਰੀ ਮਿਨਿਸਟਰ ਬਣਿਆ, ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਦਾ, ਦੋਵੇਂ ਹੀ ਅੰਮ੍ਰਿਤਸਰ ਦੇ ਸੀ, ਉਹ ਇਹਨਾਂ ਦਾ ਪ੍ਰੈਜ਼ੀਡੈਂਟ ਸੀ, ਤੇ ਸੋ ਗਵਰਨਮੈਂਟ ਚਲਾਉਣ ਲਈ ਉਹਨਾਂ ਦੀ ਬੜੀ ਲੋੜ ਸੀ ਤੇ ਬਿਲਕੁਲ ਉਹਦੇ ਨਾਲ ਸੀ, ਸੋ ਉਹਨਾਂ ਦਾ ਵੀ ਜ਼ੋਰ ਸੀ, ਪਰ ਮੈਂ ਆਪਣਾ ਅਸੂਲ ਉੱਥੇ ਰੱਖਿਆ। ਅੱਛਾ, ਮੈਨੂੰ ਇਹ ਗੱਲ ਜ਼ਰੂਰ ਦੱਸਿਓ, ਕਿਉਂਕਿ ਇੱਕ ਵਾਰੀ ਤੁਸੀਂ ਮੇਰੇ ਨਾਲ ਗੈਰ ਰਸਮੀ ਗੱਲਬਾਤ 'ਚ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਬਾਦਲ ਸਾਹਿਬ ਦਾ ਪੋਲੀਟੀਕਲ ਇੱਕ ਨਜ਼ਰੀਆ ਸੀ ਉਹਦੇ ਵਿੱਚ ਵੀ ਉਹ ਜਿਹੜੇ ਬਹੁਤੇ ਤੇਜ਼ ਤਰਾਰ ਲੋਕ ਉਹਨਾਂ ਨੂੰ ਪਛਾਣ ਜਾਂਦੇ ਸੀ ਕਿ ਜਿਹੜੇ ਕੱਲ੍ਹ ਨੂੰ ਜਾ ਕੇ ਕੁਰਸੀ ਦੀ ਖਤਰਾ ਬਣਨਗੇ। ਜਗਮੀਤ ਸਿੰਘ ਬਰਾੜ ਦੇ ਜਿਹੜੇ ਅੱਜ ਕੱਲ੍ਹ ਅਕਾਲੀ ਦਲ 'ਚ ਹੀ ਨੇ, ਉਹਨਾਂ ਨੇ ਇੱਕ ਵਾਰੀ ਸੁਖਵੀਰ ਨੂੰ ਹਰਾਇਆ ਔਰ ਵੱਡੀ ਹਸਤੀ ਵੀ ਬਣ ਗਏ ਉਸ ਨਜ਼ਰੀਏ ਤੋਂ, ਕਿਉਂਕਿ ਬਾਦਲ ਕਿਆਂ ਨੂੰ ਉਹਨਾਂ ਦਿਨਾਂ 'ਚ ਹਰਾਉਣਾ ਜਦੋਂ ਉਹ ਸਿਖਰ 'ਤੇ ਸੀ, ਬੁਲੰਦੀ 'ਤੇ ਸੀ, ਵੱਡੀ ਗੱਲ ਸੀ। ਅੱਜ ਕੱਲ੍ਹ ਤਾਂ ਉਹਨਾਂ ਨਾਲ ਨੇ ਮੋੜ ਤੋਂ ਇਲੈਕਸ਼ਨ ਵੀ ਲੜੇ ਆ, ਲੇਕਿਨ ਉਹਨਾਂ ਦੇ ਪਿਤਾ ਜੀ ਜਦੋਂ ਬਾਦਲ ਸਾਹਿਬ ਕੋਲ ਇੱਕ ਟਿਕਟ ਲਈ ਆਉਂਦੇ ਆ ਅਤੇ ਉਸ ਤੋਂ ਬਾਅਦ ਮਾਯੂਸ ਹੋ ਕੇ ਤੁਹਾਡੇ ਕੋਲ ਬਹਿੰਦੇ ਨੇ, ਜਿੱਥੇ ਤੁਸੀਂ ਉਹਨਾਂ ਨੂੰ ਚਾਹ ਪਿਆਉਂਦੇ ਹੋ, ਥੱਲੇ ਵੀ ਛੱਡ ਕੇ ਆਉਂਦੇ ਹੋ। ਉਹ ਗੱਲ ਮੈਨੂੰ ਦਿਲਚਸਪ ਲੱਗੀ, ਜੇ ਤੁਸੀਂ ਪਾਠਕਾਂ ਨਾਲ, ਸਰੋਤਿਆਂ ਨਾਲ, ਦੋਸਤਾਂ ਨਾਲ ਸਾਂਝ ਪਵਾਉਣਾ ਚਾਹੋ ਤਾਂ ਚੰਗਾ ਲੱਗੂਗਾ। ਦੇਖੋ, ਉਹ ਇਸ ਤਰ੍ਹਾਂ ਸੀ, ਗੁਰਮੀਤ ਸਿੰਘ ਯੰਗ ਅਕਾਲੀ ਸੀ, ਉਹ ਗਵਰਨਮੈਂਟ ਕਾਲਜ ਲਾਹੌਰ ਵਗੈਰਾ ਤੋਂ ਪੜ੍ਹਿਆ ਸੀ BA CA, ਸੋ ਉਹ ਅੱਗੇ ਜਾ ਸਕਦਾ ਸੀ ਅਕਾਲੀ ਦਲ 'ਚ, ਔਰ ਬੜਾ ਸੁਲਝਿਆ ਹੋਇਆ ਆਦਮੀ ਸੀ, ਬੋਲਦਾ ਬੜੇ ਤਰੀਕੇ ਨਾਲ ਸੀ। ਹਾਂਜੀ,
बादल दी एक दर एक गल सी और सारी उम्र रही है और ये जिन्ने लीडर ने इन्हों की रही है कि उन्हें वेख्या भी जेड़ा भी कोई तू आ सकता है तो मैनू खतरा हो सकता तो छांग दे समझ छांग दे हाँ जी तो जगमीत वो गुरमीत फूड मिनिस्टर से साड़ी गवर्नमेंट उस पहली च एक दिन ओदा पत्ता खट दिता ते इन्हां पार्टियां दे विच तुहानूं पता जिहड़ा बॉस है वह बॉस है तुसीं की कर सकते जे सो ओदा पत्ता खट दिता ते जगमीत नूं जगमीत गुरमीत नूं पता लग गया भी मैं ते गया तो खैर वो चुप करके बैठा रहा ते फिर एक दिन ये को अच्छा इन्हें पार्लीमेंट की सीट खाली की उन्हें सोचे चलो मैं पार्लीमेंट ही भेज दे तो मैं कुछ ना कुछ तो पॉलिटिक्स चलता रहूँ ना तो वह अंदर गया ये को अपना हाथ जोड़ के कहा इन कि मैं फिर पार्लीमेंट दे दो तो भी इन्हें ना करती समझो ओनू साफ जवाब हो गया कि पाऊ तेनू कोरा जवाब है तेनू कुछ नहीं मिलना होना तू तू खतरा है हाँ जी ते ओ गुरमीत फिर जो निकलिया ए कमरे चो सारे ना लैके मेरे को आया प्रिंसिपल सैकटरी का कमरा नाल ही है वो एटलीस्ट उस वे हैगा सी मेरे को आया मैं उन्होंने चाह चू पियाई तो मैं वेख्या भी ये पत्ते कटते है तो हूँ दिल टुटा मैं फिर पौड़ियाँ उतर के जो मैं उन्होंने दिलासा दिता मैं पौड़ियाँ उतर के उन्होंने मेन गेट तक लैके गया उदो असी सीधे निकल जाते उन्होंने कार चढ़ाया सारा कुछ मैं किया अच्छा वो इन्ना दिल टुटा कि वह मारी गया हार्ट अटैक न मैं गया तो MLA फ्लैट विच ओदा फ्लैट सी तो मैं गया तो उत्थे मुंडा जिहड़ा कि ना तुसीं लैंदे जिहदा जगमीत जगमीत ये बुकल मार के चादर दी या खेस दी ओदे सराहणे खड़ा सी ते बॉडी रखी सी ते मैनू अफसोस सी क्योंकि मैं जानदा सी पर मैं दिसदा सी मैनू कि बई ये बहुत महंगे पॉलिटिक्स विच ये सट खा गया बिना वजह पर ये तो होंदा ही है पॉलिटिक्स विच मैं फिर जाके बादल नूं कहा मैं कहा देखो वो मर गया गुरमीत ओनू भी पता सी भी मैं की कीता ते मैनू भी पता सी भी कित्थों होया ते मैं कहा कृपा करके मेरे नाल चलो ते आपां जाके उहदा बॉडी उत्थे पिया है उहदा मुंडा ही खड़ोता है ते आपां जाके आईए ये जरूरी है फिर मेरे नाल गया ना नहीं सी करन जोगा मैनू ये ਹਾਂਜੀ ਫਿਰ ਮੇਰੇ ਨਾਲ ਗਿਆ ਅਸੀਂ ਦੋਵੇਂ ਫਿਰ ਜਾ ਕੇ ਉੱਥੇ ਗਏ ਅਤੇ ਜਗਮੀਤ ਨੇ ਤਾਂ ਕੋਈ ਲਿਫਟ ਨਹੀਂ ਦਿੱਤੀ ਕੀ ਦੇਣੀ ਸੀ ਉਹਨੇ ਗਿਆ ਅਤੇ ਫਿਰ ਫਿਰ ਬਾਅਦ ਵਿੱਚ ਹੋਰ ਗੱਲ ਹੋਈ ਕਿ ਜਗਮੀਤ ਇੱਕ ਵਾਰੀ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਜਿੱਤਿਆ ਉਹ ਫਿਰੋਜ਼ਪੁਰ ਦੀ ਜਿੱਤਿਆ ਜੀ ਠੀਕ ਹੈ ਉਥੋਂ ਬਾਦਲ ਹੋਣੀ ਸੁਖਬੀਰ ਹੋਣੀ ਲੜਦੇ ਸੀ ਜਾਂ ਇਹ ਆਪਣਾ ਕੈਰੀਅਰ ਬਣਾ ਰਹੇ ਸੀ ਦੇ ਵੁੱਡ ਨੋਟ ਲਾਈਕ ਹਿਮ ਟੂ ਵਿਨ ਪਰ ਮੈਂ ਫਿਰ ਦਿੱਲੀ ਉਦੋਂ ਚੀਫ ਇਲੈਕਸ਼ਨ ਕਮਿਸ਼ਨਰ ਬਣ ਚੁੱਕਾ ਸੀ ਮੈਂ ਮੁਖਾਲਫ ਨਹੀਂ ਕਿਸੇ ਦੀ ਕਰਦਾ ਪਰ ਮੈਂ ਸਮਝਿਆ ਜੋ ਅਸੂਲ ਹੈ ਮੈਂ ਉਹ ਇਲੈਕਸ਼ਨ ਬੜੀ ਸਖਤੀ ਨਾਲ ਕਰਾਈ ਬੜੀ ਸਖਤੀ ਨਾਲ ਕਰਾਈ ਓਬਜ਼ਰਵਰ ਵੀ ਲਾਏ ਅਤੇ ਹੋਰ ਵੀ ਸਾਰੇ ਕੀਤੇ ਅਫਸਰਾਂ ਦੇ ਅਤੇ ਜਗਮੀਤ 5,000 'ਤੇ ਜਿੱਤਿਆ ਸੀ 5,000 'ਤੇ ਕੋਈ ਮੁੱਖ ਮੰਤਰੀ ਦਾ ਮੁੰਡਾ ਨਹੀਂ ਹਾਰਦਾ ਪ੍ਰਕਾਸ਼ ਸਿੰਘ ਦਾ ਮੁੰਡਾ ਸੁਖਬੀਰ ਠੀਕ ਹੈ ਜੀ ਉਹ ਹਾਰਿਆ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਪੂਰਾ ਜ਼ਾਬਤਾ ਲਾਇਆ ਹੋਇਆ ਸੀ ਅਤੇ ਇੱਕ ਵਾਰੀ ਬਣਿਆ ਫਿਰ ਨਹੀਂ ਬਣਿਆ ਕਦੀ
ਸੋ ਇਹਨਾਂ ਦੀ ਕਹਾਣੀ ਹੈ। ਸੋ ਇਹਨਾਂ ਦਾ ਕਰੀਅਰ ਇਹਨਾਂ ਨੇ ਖਤਮ ਕਰਤਾ। ਅੱਛਾ, ਇਸ ਤੋਂ ਪਹਿਲਾਂ ਉਹ ਜਿਹੜਾ ਸੀ ਨਾਂ, ਮੈਨੂੰ ਨਾਂ ਹੁਣ ਭੁੱਲ ਜਾਂਦੇ ਨੇ, ਆ ਜਿਹੜਾ ਅੱਜ ਕੱਲ੍ਹ ਤੁਰਿਆ ਫਿਰਦਾ ਸਿੱਖ ਮੁੰਡਾ, ਬੜੀ ਸੋਹਣੀ ਪੱਗ ਬੰਨਦਾ ਹੈ, ਕੀ ਨਾਂ ਹੈ, ਅਤੇ ਉਹਦਾ ਪਿਓ ਉਹ ਜਿਹੜਾ ਪੁਲਿਸ ਚੋਂ ਆਇਆ ਸੀ, ਸੁਖਜਿੰਦਰ ਸਿੰਘ, ਸੁਖਪਾਲ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ, ਪਾਲ ਖਹਿਰਾ ਤੇ ਸੁਖਜਿੰਦਰ ਸਿੰਘ। ਉਦੋਂ ਪਹਿਲਾਂ ਇਹ ਵੀ ਹੋਇਆ ਸੀ ਮੇਰੇ ਵੇਲੇ ਕਿ ਸੁਖਜਿੰਦਰ ਸਿੰਘ ਤੇ ਪੁਲਿਸ DSP ਸੀ, ਤੇ ਲੇਕਿਨ ਉਹਨੇ ਆਪਣਾ ਉਹ ਕਾਫੀ ਉੱਥੋਂ ਕਰ ਗਿਆ ਸੀ ਜੋ ਕੁਛ ਵੀ ਉਹਨੇ ਕਰਨਾ ਸੀ, ਤੇ ਸੰਤ ਚੰਨਣ ਸਿੰਘ ਹੋਰਾਂ ਦੇ ਨਾਲ ਉਹ ਜੁੜ ਗਿਆ ਸੀ, ਤੇ ਉਹਨੇ ਰਿਜ਼ਾਈਨ ਦੇ ਦਿੱਤਾ। ਰਿਜ਼ਾਈਨ ਦੇ ਕੇ ਉੱਥੋਂ ਜਾ ਕੇ ਅਕਾਲੀ ਦਲ 'ਚ ਆ ਗਿਆ। ਸੰਤ ਚੰਨਣ ਸਿੰਘ ਅਤੇ ਦੂਸਰਾ ਸੰਤ ਫਤਿਹ ਸਿੰਘ ਹੋਰਾਂ ਨਾਲ ਜੁੜ ਗਿਆ ਸੀ ਅਤੇ ਆ ਗਿਆ। ਅਤੇ ਫਿਰ ਜਿਹੜੀ ਗੌਰਮੈਂਟ ਸਾਡੀ ਬਣੀ ਹੈ, ਦਾੜੀ ਖੁੱਲ੍ਹੀ ਛੱਡਤੀ, ਬਹੁਤ ਵੱਡੀ ਦਾੜੀ ਸੀ ਉਹਦੀ, ਬਹੁਤ ਵੱਡੀ। ਅਤੇ ਫਿਰ ਉਹਦੇ ਵਿੱਚ ਐਜੂਕੇਸ਼ਨ ਮਿਨਿਸਟਰ ਵੀ ਸਾਡਾ ਬਣ ਗਿਆ, ਉਹਨੂੰ ਬੁਲਾਉਣਾ ਪਿਆ, ਹਾਂਜੀ, ਕਿਉਂਕਿ ਉਹ ਉੱਤੇ ਸਿਰ ਕਢਵਾ ਸੀ। ਅਤੇ ਫਿਰ ਜਦੋਂ ਮੌਕਾ ਆਇਆ, ਪ੍ਰਕਾਸ਼ ਸਿੰਘ ਹੋਰਾਂ ਨੇ ਉਹਨੂੰ ਵੀ ਛੁੱਟੀ ਕੀਤੀ। ਇੱਕ ਦਿਨ ਮੈਨੂੰ ਕਿਹਾ ਕਿ ਬਈ, ਮੈਂ ਪ੍ਰਿੰਸੀਪਲ ਸੈਕਟਰੀ ਸੀ, ਕਿ ਬਈ ਇਹਦੀ ਚਿੱਠੀ ਬਣਾਈ, ਇਹਨੇ ਦਸਤਖਤ ਕੀਤੇ ਅਤੇ ਉਹ ਅਸੀਂ ਗਵਰਨਰ ਨੂੰ ਪਹੁੰਚਾਈ ਕਿ ਆਈ ਹੀਅਰ ਬਾਈ ਡਿਸਮਿਸ ਸੁਖਜਿੰਦਰ ਸਿੰਘ। ਉਹਦੇ ਬਾਅਦ ਉਹਦੇ ਵੀ ਪੈਰ ਨਹੀਂ ਲੱਗੇ, ਨਾ ਉਹਦੇ ਮੁੰਡੇ ਦੇ ਲੱਗੇ ਆ, ਲੱਗੇ ਆ ਨਹੀਂ ਆ, ਮਿਹਨਤ ਤਾਂ ਕਰ ਰਿਹਾ, ਹਾਂਜੀ ਮਿਹਨਤ ਬਹੁਤ ਕਰ ਰਿਹਾ, ਉਹ ਮਿਹਨਤ ਕਰ ਰਿਹਾ ਪਰ ਲੱਗੇ ਆ ਪੈਰ ਉਹਦੇ ਨਹੀਂ 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 ਲੱਗੇ, ਨਹੀਂ ਲੱਗੇ, ਕਿਸੇ ਵੀ ਪਾਰਟੀ 'ਚ ਨਹੀਂ ਲੱਗੇ। ਹਾਂ ਮੈਂ ਖਰੀ ਗੱਲ ਕਰਦਾ, ਲੱਗ ਜਾਣ, ਗੁੱਡ ਲੱਕ। ਤੇ ਸੋ ਇਹ ਹੋਇਆ, ਇਹ ਸਿਸਟਮ ਚੱਲਦਾ ਹੈ। ਔਰ ਪ੍ਰਕਾਸ਼ ਸਿੰਘ ਹੁਣੀ ਇਹਦੇ ਮਾਹਿਰ ਨੇ। ਵੈਸੇ 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 ਡਾਕਟਰ ਸਾਹਿਬ, ਜੇ ਇਨਸਾਨੀ ਨਾਤੇ ਤੋਂ ਗੁਣੋ ਗੁਣ ਦੇਖਣੇ ਹੋਣ ਤਾਂ, ਕਿਉਂਕਿ ਬਾਦਲ ਸਾਹਿਬ 5 ਵਾਰ ਦੇ ਮੁੱਖ ਮੰਤਰੀ, ਇਤਿਹਾਸ ਵਿੱਚ ਉਹਨਾਂ ਵੱਡਾ ਨਾਂ ਆਪਣਾ ਬਣਾ ਲਿਆ, ਔਰਾ ਉਹਨਾਂ ਦਾ ਤਗੜਾ ਹੈ, ਪੋਲੀਟੀਕਲੀ ਉਹਨਾਂ ਨੇ ਜੋ ਪ੍ਰਾਪਤੀ ਹੁਣ ਤੱਕ ਕਰ ਲਈ ਹੈ ਪੋਲੀਟੀਕਲੀ, ਉਹ ਸ਼ਾਇਦ ਕਿਸੇ ਹੋਰ ਦੇ ਹਿੱਸੇ ਘੱਟ ਆਵੇ। ਉਹ ਵੈਸੇ ਤਾਂ ਚੁਟਾਲਿਆਂ ਦਾ ਵੀ 5 ਵਾਰੀ ਨਾਂ ਬੋਲਦਾ ਹੈ, ਪਰ ਇੱਥੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼ਾਇਦ ਹੀ ਕੋਈ 5 ਵਾਰੀ ਇਹ ਇਤਿਹਾਸ ਦੁਹਰਾ ਸਕੇ। ਗੁਣ ਔਗਣ ਤੁਸੀਂ ਕਿਵੇਂ ਦੇਖਿਆ, ਕਿਉਂਕਿ ਸਮੇਂ ਦੀ ਸਾਡੀ ਸੀਮਾ ਹੈ, ਲੇਕਿਨ ਤੁਹਾਡੀਆਂ ਗੱਲਾਂ ਸੁਣਨ ਦਾ ਸਰੂਰ ਹੀ ਵੱਖਰਾ। ਦੇਖੋ, ਪੋਲਿਟਿਕਸ ਦੇ ਵਿੱਚ ਲਿਹਾਜ਼ ਕੋਈ ਨਹੀਂ ਗਾ, ਕਿਤੇ ਚੱਲ ਜਾਓ, ਚਾਹੇ ਚੁਤਾਲੇ ਹੋਰਾਂ ਦੇ ਚਲੇ ਜਾਓ। ਮੈਂ ਉਹਨੇ ਵੀ ਮੇਰੇ ਨਾਲ ਬਹੁਤ ਡੀਲ ਕੀਤਾ ਜਦੋਂ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸੀ, ਆਉਂਦਾ ਹੁੰਦਾ ਸੀ, ਅਤੇ ਇਹ ਲਿਹਾਜ਼ ਕੋਈ ਨਹੀਂ ਗਾ। ਜੋ ਸਖ਼ਤ 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 ਲਾਈਨ ਲੈਂਦੇ ਨੇ, ਜਿਹੜੀ ਪੋਲੀਟਿਕਸ ਦੇ ਮੁਤਾਬਕ ਉਹਨਾਂ ਨੂੰ ਫਿੱਟ ਮਹਿੰਦੀ ਹੋਵੇ, ਸਾਰੇ ਹੀ ਸਾਰੇ ਹੀ, ਲਾਲੂ ਹੋਵੇ, ਕੋਈ ਹੋਵੇ, ਹਾਂਜੀ। ਸੋ ਉਹ ਗੱਲ ਠੀਕ ਹੈ ਕਿ ਇਹ ਲੋਕ ਨਿਕਲਦੇ ਗਏ, ਔਰ ਬਾਦਲ ਸਾਹਿਬ ਦੀ ਇਹ ਖੂਬੀ ਹੈ ਐਜ਼ ਏ ਪੋਲੀਟੀਸ਼ੀਅਨ। ਆਈ ਐਮ ਨੋਟ ਹੇਅਰ ਟੂ ਯੂ ਨੋ ਪ੍ਰੇਜ਼ ਹਿਜ ਰਿਲੀਜੀਅਸ ਐਟੀਟਿਊਡ ਔਰ ਐਨੀਥਿੰਗ ਐਲਸ, ਨੋ, ਪਿਓਰ ਐਜ਼ ਏ ਪੋਲੀਟੀਸ਼ੀਅਨ ਉਹ ਬਹੁਤ ਜੀਨੀਅਸ ਸੀ। ਪਹਿਲੋਂ ਤੌੜਾ ਗਿਆ, ਤਲਵੰਡੀ ਗਏ, ਉਹ ਕਿੱਥੇ ਗਏ, ਉਹ ਕਿੱਥੇ ਗਏ, ਤੁਸੀਂ ਉਹਨਾਂ ਦਾ ਨਾਂ ਹੀ ਭੁੱਲਦੇ ਜੇ। ਤੌੜਾ ਬੜਾ ਸਿਆਣਾ ਖਚਰਾ ਆਦਮੀ ਸੀ, ਬਾਦਲ ਸਾਹਿਬ ਨੇ ਸਹਿਜੇ ਸਹਿਜੇ ਉਹ ਸਾਰੇ ਹੀ ਹਲਕੇ ਕਰਤੇ। ਫਿਰ ਆ ਜਿਹੜੇ ਛੋਟੇ ਛੋਟੇ ਆਉਂਦੇ ਰਹੇ, ਇਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ, ਅਤੇ ਇਹ ਉਹ ਕਰਦੇ ਸੀ। ਅਤੇ ਇੰਨਾ ਲੰਬਾ ਉਹਨਾਂ ਨੇ ਰਾਜ ਕੀਤਾ ਹੈ, 5 ਵਾਰ ਚੀਫ ਮਿਨਿਸਟਰ ਰਹੇ ਨੇ, ਪੋਲਿਸੀਜ਼ ਕੁਛ ਵੀ ਹੋਣ ਉਹਨਾਂ ਬਾਰੇ ਮੇਰੇ 100 ਖਿਆਲ ਹੋਣਗੇ, ਲੇਕਿਨ ਇਹ ਮੰਨਣਾ ਪਏਗਾ ਕਿ ਬਈ ਹੀ ਵਾਜ਼ ਏ ਮਾਸਟਰ ਪੋਲੀਟੀਸ਼ੀਅਨ, ਹੀ ਇਜ਼ ਏ ਮਾਸਟਰ ਪੋਲੀਟੀਸ਼ੀਅਨ। ਪਰ
ਡਾਕਟਰ ਸਾਹਿਬ, ਜਦੋਂ ਮਾਸਟਰ ਪੋਲੀਟੀਸ਼ੀਅਨ 3 ਸੀਟਾਂ ਤੇ ਆ ਜੇ, ਉਹਦੇ ਜੀਂਦੇ ਜੀ ਉਹਦੀ ਪਾਰਟੀ ਆ ਜੇ, ਇਹਨੂੰ ਕਿਵੇਂ ਪ੍ਰਭਾਸ਼ਿਤ ਕਰਦੇ? ਨਹੀਂ, ਇਹ ਫਿਰ ਫੇਲੀਅਰ ਵੀ ਹੁੰਦੀ ਹੈ। ਉਹ ਵੀ ਸਮਾਂ ਆਉਂਦਾ ਜੇ ਉੱਤੇ ਜਾਈਦਾ ਹੈ ਤੇ ਥੱਲੇ ਵੀ ਆਈਦਾ। ਉਹ ਤੇ ਆਪਾਂ ਅੱਜ ਵੀ ਵੇਖ ਰਹੇ, ਮੋਦੀ ਸਾਹਿਬ ਦਾ ਵੇਖ ਰਹੇ, ਰੱਬ ਜਾਣੇ ਕਿੱਥੇ ਜਾਣੀ ਬੀਜੇਪੀ ਜਾਂ ਕਿੱਥੋਂ ਆਉਣੀ ਹੈ, ਸਾਨੂੰ ਕੀ ਪਤਾ, ਆਈ ਹੈਵ ਨੋ ਆਈਡੀਆ। ਤੇ ਉਹ ਤੇ ਦਿਨ ਆਉਂਦੇ ਨੇ, ਦਿਨ ਤੁਹਾਡੇ ਜਾਂ ਮੇਰੇ ਜਾਂ ਇਹਨਾਂ ਲੋਕਾਂ ਦੇ ਜਿਹੜੇ ਪੋਲੀਟਿਕਸ ਵਿੱਚ ਨੇ, ਦਿਨ ਆਉਂਦੇ ਨੇ। ਇੱਕ ਦਿਨ ਅਸੀਂ ਚੜ੍ਹਦੇ ਵੀ ਹਾਂ ਜਿੱਥੇ ਵੀ ਹੈਗੇ ਹਾਂ, ਅਤੇ ਇੱਕ ਦਿਨ ਅਸੀਂ ਉਤਰਦੇ ਵੀ ਹਾਂ। ਮੈਂ ਇੱਕ ਵਾਰ ਬਾਦਲ ਨੂੰ ਕਿਹਾ ਸੀ, ਔਰ ਕਸਮ ਦੀ ਗੱਲ ਹੈ, ਸਾਡਾ ਦਫ਼ਤਰ ਚੀਫ ਮਿਨਿਸਟਰ ਦਾ ਪਹਿਲੇ ਫਲੋਰ 'ਤੇ ਆ, ਤੁਹਾਨੂੰ ਪਤਾ, ਉਤਰ ਕੇ ਦਰਵਾਜ਼ਾ ਲੰਘੀ ਹੈ ਅਤੇ ਉਹ ਪੌੜੀਆਂ ਛੁੱਟੀਆਂ ਜਿਹੀਆਂ ਚੜ੍ਹੀਏ ਅਤੇ ਪਹਿਲੇ ਫਲੋਰ 'ਤੇ ਹੈ, ਅਤੇ ਮੇਰਾ ਵੀ ਉਹਨਾਂ ਦੇ ਨਾਲ ਹੈ। ਅਤੇ ਇੱਕ ਦਿਨ ਗਏ ਕੋਈ ਗੱਲ ਪਤਾ ਨਹੀਂ ਕਿਸ ਤਰ੍ਹਾਂ, ਅਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਬਾਦਲ ਸਾਹਿਬ, ਇੱਕ ਗੱਲ ਦਾ ਖਿਆਲ ਰੱਖੀਏ ਆਪਾਂ, ਕਿ ਅਸੀਂ ਜਿੱਥੇ ਵੀ ਬੈਠੇ ਹਾਂ, ਜੋ ਵੀ ਕਰ ਰਹੇ ਹਾਂ, ਇੱਕ ਦਿਨ ਅਸੀਂ ਇਹ ਪੌੜੀਆਂ ਉਤਰਨਾ ਵੀ ਹੈ। ਇਹ ਮੈਂ ਕਹੀ ਹੈ ਗੱਲ, ਪ੍ਰਕਾਸ਼ ਸਿੰਘ ਵੀ ਮੁਕਰੇਗਾ ਨਹੀਂ ਜੇ ਉਹਨੂੰ ਕੋਈ ਪੁੱਛੇ। ਮੈਂ ਕਿਹਾ ਇੱਕ ਦਿਨ ਅਸੀਂ ਪੌੜੀਆਂ ਦੋਵੇਂ ਉਤਰ ਰਹੇ ਸੀ, ਅਤੇ ਮੈਂ ਕਿਹਾ ਦੇਖੋ, ਇਹ ਖਿਆਲ ਰੱਖਣਾ ਹੁੰਦਾ ਕਿ ਜਿੱਦਣ ਅਸੀਂ ਪੌੜੀਆਂ ਉਤਰੀਏ, ਐਂ ਰੋਹ ਨਾਲ ਉਤਰੀਏ, ਮਤਲਬ ਅਸੀਂ ਕੋਈ ਕੰਮ ਕੀਤਾ, ਠੀਕ ਕੀਤਾ। ਗੱਲ ਇਹ ਹੁੰਦੀ ਹੈ, ਮੈਂ ਆਪਣੇ ਬਾਰੇ ਵੀ ਐਸ ਐਨ ਆਫਿਸਰ ਕਹਿੰਦਾ ਹੁੰਦਾ ਸੀ, ਇੱਥੇ ਦਿੱਲੀ ਜਦੋਂ ਮੈਂ ਸੈਕਟਰੀ ਸੀ, ਸਾਲ ਰਿਹਾ, ਅਤੇ ਉਹਦੇ ਬਾਅਦ ਫਿਰ ਦੂਜੇ ਜਗ੍ਹਾ ਗਿਆ, ਅਤੇ ਮੈਂ ਕਿਹਾ ਬਈ, ਮੈਨੂੰ ਇੱਕ ਹੀ ਖਿਆਲ ਹੈ ਕਿ ਜਿੱਦਣ ਮੈਂ ਪੌੜੀਆਂ ਉਤਰਾਂ, ਫਿਰ ਕੋਈ ਚਪੜਾਸੀ ਵੀ ਇਸ ਮਿਨਿਸਟਰੀ ਦਾ ਸ਼ਾਸਤਰੀ ਭਵਨ 'ਚ ਕਹਿ ਦੇਵੇ ਕਿ ਮਾੜਾ ਆਦਮੀ ਨਹੀਂ ਸੀ। ਬਹੁਤ ਵੱਡੀ ਗੱਲ ਹੈ। ਅੱਛਾ, ਨਿੱਜੀ ਤਾਲੁਕਾਤ ਰੱਖਣ ਦੇ ਮਾਮਲੇ 'ਚ ਬਾਦਲ ਸਾਹਿਬ ਕਿਵੇਂ ਦੇ? ਕਿਉਂਕਿ ਤੁਹਾਡਾ ਆਪਣਾ ਅਨੁਭਵ ਹੈ, ਤੁਹਾਡੇ ਪਰਿਵਾਰ ਦਾ ਅਨੁਭਵ ਤਾਂ ਹੈ ਹੀ ਹੈ, ਤੁਸੀਂ ਦੱਸ ਹੀ ਦਿੱਤਾ, ਉਹ ਤਾਂ ਤਲਖ ਰਿਹਾ, ਕੌੜਾ ਰਿਹਾ, ਵੀ ਕਰਨਲ ਸਾਹਿਬ ਨੂੰ ਵਰਤਿਆ ਵੀ, ਕਰਨਲ ਗਿੱਲ ਸਾਹਿਬ ਨੂੰ, ਲੇਕਿਨ ਬਾਅਦ ਦੇ ਵਿੱਚ ਜਿੱਥੇ ਲੋੜ ਸੀ ਉੱਥੇ ਉਹਨਾਂ ਨੂੰ ਅਬਲਾਈਜ਼ ਨਹੀਂ ਕੀਤਾ, ਉਹ ਸਿਆਸੀ ਮਜਬੂਰੀਆਂ ਕਹਿ ਕੇ ਟਲ ਸਕਦੇ ਆ ਉੱਥੋਂ। ਪਰ ਜਿਹੜੇ ਨਿੱਜੀ ਤਾਲੁਕਾਤ ਹੁੰਦੇ, ਇੱਕ ਪ੍ਰਿੰਸੀਪਲ ਸਕੱਤਰ ਔਰ ਉਹਨਾਂ ਦੇ ਮੁੱਖ ਮੰਤਰੀ ਦੇ ਪਰਿਵਾਰ ਵਰਗੇ ਸੰਬੰਧ ਬਣ ਜਾਂਦੇ, ਕੀ ਉਹਨਾਂ ਨੇ ਇਹ ਸੰਬੰਧ ਬਾਅਦ 'ਚ ਨਿਭਾਏ? ਕੀ ਹੁਣ ਵੀ ਕਦੇ ਕਦੇ ਤੁਹਾਨੂੰ ਫੋਨ ਕਾਲ ਆਉਂਦੀ ਹੈ? ਕੀ ਹੁਣ ਕਦੇ, ਕਿਉਂਕਿ ਅਜੇ ਵੀ ਵੱਡੇ ਪੋਲੀਟੀਸ਼ੀਅਨ ਨੇ, ਭਾਵੇਂ ਠੀਕ ਹੈ ਹੁਣ ਉਹ ਬਹੁਤ ਸਿਆਸੀ ਸਰਗਰਮ ਨਹੀਂਗੇ, ਕਦੇ ਕਦੇ ਮਿਲਣ ਆਏ, ਕਦੇ ਹਾਲ ਪੁੱਛ ਕੇ ਜਾਂ ਕਦੇ ਉਹਨਾਂ ਇੱਛਾ ਜ਼ਾਹਰ ਕੀਤੀ ਕਿ ਮਿਲੀਏ? ਦੇਖੋ, ਆਪਣੇ ਹਿਸਾਬ 'ਤੇ ਹੀ ਚੱਲਦੀ ਹੈ ਇਹਨਾਂ ਲੋਕਾਂ ਦੀ। ਇਹ ਜਦੋਂ ਮੇਰਾ ਭਰਾ ਗੁਜ਼ਰ ਗਿਆ, ਉਦੋਂ ਉਹਦੇ ਘਰ ਆਏ ਸੀ, ਮੈਂ ਕਹੂੰਗਾ ਅਫਸੋਸ ਕਰਨ ਆਏ ਸੀ। ਅੱਜ 12-14 ਸਾਲ ਹੋ ਗਏ, ਅਤੇ ਬਾਕੀ ਜਿਹੜਾ ਕੋਈ ਸਾਡਾ ਖਾਸ ਮਿਲਦਾ ਮਿਲਦਾ ਨਹੀਂ, ਨਾ ਹੀ ਉਹ ਕੋਈ ਗਾਂਹ ਹੋ ਕੇ ਕਰਦੇ ਸੀ। ਹਾਲਾਂਕਿ ਉਹ ਜਿਹੜੇ ਮੁੰਡਾ ਕੁੜੀ ਨੇ ਉਹਨਾਂ ਦੇ, ਕੁੜੀ ਵਿਆਹੀ ਆ ਪੱਟੀ, ਬਾਅਦ ਇਹਨਾਂ ਦੇ ਹੀ ਵਿਆਹ ਦੀ, ਅਤੇ ਅਕਾਲੀਆਂ ਦੇ ਹੀ, ਅਤੇ ਮੁੰਡਾ ਹੈਗਾ ਸੁਖਬੀਰ, ਇਹ ਮੇਰੇ ਹੱਥਾਂ 'ਚ ਪਲੇ ਨੇ, ਕਿਉਂਕਿ ਮੇਰਾ ਉਮਰ ਦਾ ਫਰਕ ਸੀ, ਮੈਂ ਇਹਦਾ ਪ੍ਰਿੰਸੀਪਲ ਸੈਕਟਰੀ ਸੀ, ਅਤੇ ਅਸੀਂ ਜਿੱਥੇ ਵੀ ਜਾਣਾ ਨਾਲ ਹੁੰਦੇ ਸੀ। ਪਰ ਮੇਰਾ ਕੋਈ ਹੈ ਨਹੀਂ ਗਾ, ਨਾ ਉਹਨਾਂ ਨੇ ਕਦੀ ਸ਼ੋਅ ਕੀਤਾ, ਸੱਚੀ ਗੱਲ, ਇਹਦੇ 'ਚ ਕੋਈ ਮੈਨੂੰ ਗਿਲਾ ਵੀ ਨਹੀਂ ਅਤੇ ਗੁੱਸਾ ਵੀ ਨਹੀਂ। ਡਿਫਰੈਂਟ ਪੀਪਲ, ਅਤੇ ਜੋ ਵੀ ਹੈ, ਅਸੀਂ ਆਪਣਾ ਆਪਣਾ ਟਾਈਮ ਕੱਟ ਰਹੇ ਹਾਂ, ਆਪਣਾ ਆਪਣਾ ਨਿਭਾ ਰਹੇ ਹਾਂ, ਸੋ ਉਹ ਨਹੀਂ ਹੋਇਆ। ਗੱਲ ਤਾਂ ਡਾਕਟਰ ਸਾਹਿਬ ਲੰਬੀ ਹੋ ਗਈ, ਪਰ ਹੁਣ ਆਖਰੀ ਗੱਲ ਕਰਦੇ ਹਾਂ। ਜਦੋਂ ਬੰਦਾ ਇੰਨੇ ਉੱਚੇ ਮੁਕਾਮ ਤੋਂ, ਜਿੱਦਾਂ ਤੁਸੀਂ ਹੋ, ਮੇਰੇ ਖਿਆਲ ਉਹ ਦੌਰ ਹੀ IAS ਲਈ ਬਹੁਤ ਸ਼ਾਨਦਾਰ ਸੀ, ਤੁਹਾਡੇ ਕੋਲ ਤਾਂ ਮਿਨਿਸਟਰੀ ਵਰਗੀਆਂ ਪਾਵਰਸ ਰਹੀਆਂ, ਚੀਫ ਮਿਨਿਸਟਰ ਵਾਲੀ ਪਾਵਰ ਤਾਂ ਤੁਸੀਂ ਦੱਸ ਹੀ ਦਿੱਤੀ ਹੈ, ਉਸ ਤੋਂ ਬਾਅਦ ਤੁਸੀਂ ਖੁਦ ਮਿਨਿਸਟਰ ਰਹੇ, ਉਸ ਤੋਂ ਪਹਿਲਾਂ ਚੋਣ ਕਮਿਸ਼ਨਰ ਭਾਰਤ ਦੀ ਸਾਰ ਹੈਗਾ ਸਿਆਸਤਦਾਨਾਂ ਵਾਸਤੇ ਖਾਸ ਤੌਰ 'ਤੇ, ਔਰ ਫਿਰ ਤੁਸੀਂ ਉੱਥੋਂ ਸਾਰੇ ਕੰਮਾਂ ਧੰਦਿਆਂ ਤੋਂ ਰਿਟਾਇਰ ਹੋ ਕੇ ਘਰ ਨੂੰ ਚਲੇ ਜਾਂਦੇ ਹੋ। ਜ਼ਿੰਦਗੀ 'ਚ ਕੋਈ ਬਦਲਾਅ ਆਉਂਦਾ? ਜ਼ਿੰਦਗੀ ਦੀ ਇਹਨੂੰ ਸ਼ਾਮ ਜਿਵੇਂ ਕਿਹਾ ਜਾਂਦਾ, ਹਾਲਾਂਕਿ ਸ਼ਾਮ ਤਾਂ ਹੋਣੀ ਨਹੀਂ ਚਾਹੀਦੀ, ਇਸ ਤਰ੍ਹਾਂ ਦੀ ਸ਼ਾਮ ਤਾਂ ਖੂਬਸੂਰਤ ਹੁੰਦੀ, ਸ਼ਾਮ ਦੇ ਨਜ਼ਾਰੇ ਵੀ ਵੱਖਰੇ ਹੁੰਦੇ ਆ। ਜ਼ਿੰਦਗੀ ਨੂੰ ਰਿਟਾਇਰਮੈਂਟ ਤੋਂ ਬਾਅਦ, ਤੁਸੀਂ ਇੱਕ ਵੱਡੇ ਮੁਕਾਮ ਤੋਂ ਬਾਅਦ, ਜਿੱਥੇ ਅਕਲਤਾ ਵੀ ਆ ਜਾਂਦੀ ਹੋਊਗੀ, ਮਿਲਣ ਗਿਲਣ ਵਾਲੇ ਵੀ ਘੱਟ ਜਾਂਦੇ ਹੋਣਗੇ, ਲੋਕਾਂ ਨੂੰ, ਲੋਕ ਕੰਮਾਂ ਧੰਦਿਆਂ ਨਾਲ ਜੁੜੇ ਆ, ਨਵੇਂ ਦੌਰ ਆ ਜਾਂਦੇ, ਨਵੇਂ ਲੋਕ ਆ ਜਾਂਦੇ, ਸੋ ਇਹ ਕਿਵੇਂ ਫੀਲ ਹੁੰਦਾ ਤੇ ਕਿਵੇਂ ਜ਼ਿੰਦਗੀ ਬਿਤਾਉਂਦੇ ਹੋ ਬਾਅਦ 'ਚ? ਦੇਖੋ, ਵਾਹਿਗੁਰੂ ਨੇ ਮੈਨੂੰ ਇਹ ਦਿੱਤਾ ਹੈ ਕਿ ਇਹ ਹੋਇਆ ਮੇਰੇ ਨਾਲ,
ਜਿੰਨੀ ਤਾਕਤ ਮੇਰੇ ਹੱਥਾਂ 'ਚ ਰਹੀ ਹੈ, ਅਫਸਰਾਂ ਵਿੱਚ ਵੀ ਅਤੇ ਮੰਤਰੀਆਂ ਵਿੱਚ ਵੀ ਅਤੇ ਚੀਫ ਇਲੈਕਸ਼ਨ ਕਮਿਸ਼ਨਰ ਵੀ ਅਤੇ ਹੋਰ ਵੀ, ਉਹਦਾ ਕੋਈ ਜਾਇਜ਼ਾ ਨਹੀਂ ਲੈ ਸਕਦਾ, ਦਿਸਦਾ ਹੀ ਹੈ, ਸਭ ਨੂੰ ਪਤਾ ਹੈ। ਪਰ ਮੈਂ ਉਹਨੂੰ ਅਸੂਲ ਨਾਲ ਨਿਭਾਇਆ, ਕੋਸ਼ਿਸ਼ ਕੀਤੀ, ਅਤੇ ਬਾਅਦ ਵਿੱਚ ਕੋਈ ਮੈਨੂੰ ਖਿਆਲ ਹੀ ਨਹੀਂ ਕਿ ਹੁਣ ਹੈ ਨਹੀਂ ਗੀ, ਹੁਣ ਹੈ ਨਹੀਂ ਗੀ। ਇਹ ਸਮਾਂ ਮੇਰਾ ਸੁਭਾਅ ਇਸ ਤਰ੍ਹਾਂ ਹੀ ਰਿਹਾ ਅਤੇ ਹੁਣ ਅੱਜ ਮੈਂ ਕੁਛ ਵੀ ਨਹੀਂ ਗਾ, ਕਿਸੇ ਚੀਜ਼ 'ਚ ਵੀ ਨਹੀਂ, ਆਈ ਐਮ ਥੋਰਲੀ ਰਿਟਾਇਰਡ, ਅਤੇ ਹੋਣਾ ਵੀ ਚਾਹੀਦਾ। ਮੇਰੀ 85 ਸਾਲ ਉਮਰ ਹੋ ਗਈ ਆ ਅਤੇ ਹੁਣ ਮੈਂ ਕੀ ਭਾਲਦਾ, ਅਤੇ ਮੈਨੂੰ ਕੋਈ ਖਿਆਲ ਵੀ ਨਹੀਂ ਗਾ। ਪਰ ਇਹ ਹੋਵੇ ਕਿ ਇੰਨਾ ਕੁਛ ਰਿਹਾ ਪੰਜਾਬ ਦੇ ਵਿੱਚ ਸਾਰੀ ਜਗ੍ਹਾ, ਅਤੇ ਉਹਦੇ ਵਿੱਚੋਂ ਕੋਈ ਆਪਣੀ ਪੋਜੀਸ਼ਨ ਵੀ ਬਣਾਈ ਹੋਈ ਚੰਡੀਗੜ੍ਹ ਵਿੱਚ, ਕੁਛ ਮੈਂ ਸੁਣਦਾ ਰਹਿੰਦਾ ਕਿ ਜੀ ਫਲਾਨੇ ਨੇ ਆਹ ਹੱਲ ਪਾ ਲਏ, ਇਹ ਪਾ ਲਏ, ਉਹ ਪਾ ਲਏ, ਹੋਏਗਾ, ਮੇਥੋਂ ਮੇਰੇ ਨਹੀਂ ਹੋਇਆ। ਅੱਛਾ, ਨਹੀਂ ਕੋਈ ਮਲਾਲ ਵੀ ਹੈ ਵੀ ਤੁਸੀਂ ਵੱਡਾ ਕੋਈ ਦੋ ਮਹੱਲ ਪਾ ਲੈਂਦੇ, 5-7-10 ਨੌਕਰ ਚਾਕਰ ਰੱਖਣ ਜੋਗੇ ਪੈਸੇ ਇਕੱਠੇ ਕਰ ਲੈਂਦੇ, ਦਰਬਾਰੀ ਕਾਫੀ ਹੁੰਦੇ ਸਾਡੇ ਵਰਗੇ ਵੀ ਆਉਂਦੇ ਵੀ ਡਾਕਟਰ ਸਾਹਿਬ ਕੋਲ ਕੋਈ, ਕਿਉਂਕਿ ਪੋਲੀਟੀਸ਼ੀਅਨਸ ਤੇ ਤੁਹਾਡਾ ਅਸਰ ਹੁੰਦਾ, ਕਿਉਂਕਿ ਪੋਲੀਟੀਸ਼ੀਅਨ ਤੇ ਰਿਟਾਇਰ ਹੀ ਨਹੀਂ ਹੁੰਦੇ, ਤੁਸੀਂ ਰਾਜ ਸਭਾ ਜਾ ਕੇ ਖੇਡ ਮੰਤਰਾਲਾ ਲੈ ਲਿਆ, ਬਾਅਦ ਸਭ ਛੱਡਤਾ, ਖਤਮ ਹੋ ਗਏ। ਨਹੀਂ ਮੈਨੂੰ ਕੋਈ ਹੋਇਆ ਨਹੀਂ, ਫਰੈਂਕਲੀ ਮੈਨੂੰ ਕੋਈ ਦੁੱਖ ਨਹੀਂ ਆਈ। ਮੈਂ ਰਾਤ ਨੂੰ ਸੌਂਦਾ ਬੱਚੇ ਵਾਂਗ, ਜੇ ਮੇਰੀ ਸਰਦਾਰ ਨਹੀਂ ਕਹਿ ਦੇਵੇ ਕਿ ਲਾਈਟ ਆਫ ਕਰ ਦਿਓ 9 ਵਜੇ, ਤੇ ਆਪਾਂ 9 ਵਜੇ ਆਫ ਕਰ ਦਿੰਦੇ, ਬਿਲਕੁਲ ਗਏ। ਹਾਂਜੀ, ਤੇ ਜੇ ਕਹੇ ਕਿ ਨਹੀਂ ਮੈਂ ਕਿਤਾਬ ਪੜ੍ਹਨੀ ਹੈ, ਤੇ ਫਿਰ 12 ਵਜੇ ਤੱਕ ਪੜ੍ਹਦੇ ਰਹਿੰਦੇ ਹਾਂ। ਸੋ ਮਤਲਬ ਜੋ ਵੀ ਹੈਗਾ ਹੈ, ਮੈਨੂੰ ਨਹੀਂ ਕੋਈ ਫਰਕ ਪੈਂਦਾ, ਤੇ ਨਾ ਹੀ ਮੈਨੂੰ ਇਹ ਪਿਆ ਕਿ ਯਾਰ ਇੰਨੀ ਤਾਕਤ ਦੇ ਵਿੱਚੋਂ ਮੈਂ ਕੁਛ ਪੋਜੀਸ਼ਨ ਬਣਾਈ ਹੁੰਦੀ, ਮੈਨੂੰ ਮੱਥਾ ਟੇਕਦੇ ਰਹਿੰਦੇ ਬਾਅਦ ਵਿੱਚ ਵੀ। ਔਰ ਕੋਈ ਆਹ ਜਿਹੜੀਆਂ ਚੀਜ਼ਾਂ ਤੁਸੀਂ ਦੱਸਦੇ ਜੇ, ਇਹ ਵੀ ਮੇਰੇ ਕੋਲ ਹਮੇਸ਼ਾ ਹੋ ਗਈਆਂ, ਮੈਨੂੰ ਹੋਇਆ ਨਹੀਂ ਸਮਾਂ। ਆਪਾਂ ਰੱਜੇ ਹੋਏ ਹਾਂ, ਰੂਹ ਦਾ ਰਾਜ ਨੂੰ ਕਹਿੰਦੇ ਆ। ਪਰ ਇੱਕ ਆਖਰੀ ਗੱਲ ਕਹਿ ਕੇ ਖਤਮ ਕਰਦੇ ਹਾਂ, ਬੀਬੀ ਰਜਿੰਦਰ ਕੌਰ ਭੱਠਲ ਕਦੇ ਕਦੇ ਮੈਨੂੰ ਨੌਕ ਕਰਦੇ ਆ ਸ਼ਾਬਾਸ਼ ਦੇਣ ਲਈ, ਬੇਟੇ ਤੇਰਾ ਮੈਨੂੰ ਚੰਗਾ ਲੱਗਿਆ, ਮੈਨੂੰ ਵੀ ਉਹਨਾਂ ਨਾਲ ਗੱਲ ਕਰਕੇ ਚੰਗਾ ਲੱਗਦਾ ਹੈ। ਲੇਕਿਨ ਇੱਕ ਦਿਨ ਉਹ ਮੈਨੂੰ ਕਹਿਣ ਲੱਗੇ, ਮੈਂ ਜਿਹੜੀ ਗੱਲ ਕਰਨ ਲੱਗਿਆ ਉਹ ਬੜੀ ਅਹਿਮ ਆ, ਮੈਨੂੰ ਤੁਹਾਡੇ 'ਚ ਤੁਹਾਡੀ ਅਲਾਰੂ ਬਿਰਤੀ ਲੱਗੀ ਨਹੀਂ, ਜਿਵੇਂ ਤੁਸੀਂ ਬਾਦਲ ਸਾਹਿਬ ਬਾਰੇ ਬੜੇ ਸਾਫ਼ ਹੋ, ਮੈਨੂੰ ਤੁਸੀਂ ਕਦੇ ਵੀ ਬਾਦਲਾਂ ਵੱਲ ਅਲਾਰੂ ਲੱਗੇ ਨਹੀਂ ਅੱਜ ਦੀ ਗੱਲਬਾਤ ਤੋਂ। ਲੇਕਿਨ ਬੀਬੀ ਭੱਠਲ ਦਾ ਇਹ ਗਿਲਾ ਸੀਗਾ ਕਿ ਤੁਸੀਂ ਬਤੌਰ ਚੋਣ ਕਮਿਸ਼ਨਰ ਬਾਦਲਾਂ ਨੂੰ ਮਦਦ ਕਰ ਗਏ ਜਦੋਂ ਉਹ ਸੀਐਮ ਸੀ। ਇਹ ਆਖਰੀ ਗੱਲ ਆ, ਮੈਂ ਤੁਹਾਡੀ ਸ਼ਖਸੀਅਤ ਦੇ ਵਿੱਚੋਂ, ਕਿਉਂਕਿ ਉਹ ਬੜਾ ਬੈਲੈਂਸ ਸ਼ਖਸੀਅਤ ਆ ਤੁਹਾਡੀ, ਮੈਂ ਉਹ ਦੇਖਣਾ ਚਾਹੁੰਦਾ ਕਿ ਉਹਨਾਂ ਦਾ ਵੀ ਜਿਹੜਾ ਮਲਾਲ ਹੈ, ਉਹ ਗਿਲਾ ਹੈ, ਉਹ ਵੀ ਦੂਰ ਹੋਵੇ। ਨਹੀਂ, ਉਹਨਾਂ ਦਾ ਗਿਲਾ ਹੈ, ਮੈਂ ਸਮਝਦਾ ਉਸ ਗਿਲੇ ਨੂੰ, ਕਿਉਂਕਿ ਉਹ ਜਿਸ ਹਾਲਾਤ ਵਿੱਚ ਕਾਂਗਰਸ ਵਿੱਚ ਚੀਫ ਮਿਨਿਸਟਰ ਬਣ ਗਈ ਸੀ ਹਰਚਰਨ ਸਿੰਘ ਬਰਾੜ ਦੇ ਬਾਅਦ, ਔਰ ਉਹ ਆਪਣਾ ਬੰਦੋਬਸਤ ਲੰਬੇ ਸਮੇਂ ਰਹਿਣ ਦਾ ਤਾਕਤ ਵਿੱਚ ਕਰ ਰਹੀ ਸੀ, ਉਦੋਂ ਮੈਂ ਇਲੈਕਸ਼ਨ ਡਿਕਲੇਅਰ ਕਰਤੀ। ਹਾਂਜੀ, ਉਦੋਂ ਮੈਂ ਇਲੈਕਸ਼ਨ ਡਿਕਲੇਅਰ ਕਰ ਦਿੱਤੀ ਸੀ, ਔਰ ਉਹਦੀ ਉਹਨਾਂ ਨੂੰ ਸੱਟ ਵੱਜੀ। ਉਹ ਇੱਥੇ ਵੀ ਆਏ, ਮੈਨੂੰ ਪਤਾ ਹੈ, ਇੱਥੇ ਵੀ ਆਏ ਸੋਨੀਆ ਦੇ ਘਰ, 200-400 ਬੰਦਾ ਲੈ ਕੇ ਗਏ, ਅਸੀਂ ਇਲੈਕਸ਼ਨ ਕਮਿਸ਼ਨ ਜਾ ਕੇ ਰੌਲਾ ਪਾਉਣਾ ਕਿ ਬਈ ਇਹ ਮਨੋਜ ਸਿੰਘ ਗਿੱਲ ਤਾਂ ਸਾਰਾ ਹੀ ਪੰਜਾਬ ਦਾ ਅਕਾਲੀਆਂ ਦਾ ਕਰ ਗਿਆ। ਹਾਂਜੀ, ਅਤੇ ਸੋਨੀਆ ਨੇ ਉਹਨਾਂ ਨੂੰ ਕਰਤਾ ਕਿ ਖਬਰਦਾਰ, ਇਹਨਾਂ ਨੂੰ ਬੰਦਿਆਂ ਨੂੰ ਲਓ ਅਤੇ ਵਾਪਸ ਚਲੇ ਜਾਓ, ਇਹ ਤੁਹਾਡੀ ਭੁੱਗ ਨਹੀਂ ਸਕਦੀ ਮਨੋਜ ਸਿੰਘ ਦੇ ਖਿਲਾਫ, ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹਦੇ। ਸੋ ਉਹ ਚਲੇ ਗਏ, ਬਾਅਦ ਵਿੱਚ ਮੈਨੂੰ ਜੇ ਕਦੀ ਮਿਲਦੇ ਆ ਤਾਂ ਮੈਂ ਮੱਥਾ ਟੇਕਦਾ। ਮੈਂ ਗਾਇਬ ਹੋਇਆ ਤੇ ਮੈਨੂੰ ਗੌਰਮੈਂਟ ਨੇ ਬਣਾ ਦਿੱਤਾ, ਦੇਵਗੌੜਾ ਗੌਰਮੈਂਟ ਸੀ, ਮੈਨੂੰ ਜਾਣਦੇ ਵੀ ਨਹੀਂ ਸੀ, ਸ਼ਕਲ ਵੀ ਨਹੀਂ ਸੀ ਵੇਖੀ, ਤੇ ਉਹਨਾਂ ਬਣਾ ਦਿੱਤਾ। ਤੇ ਕ੍ਰਿਸ਼ਨਾ ਮੂਰਤੀ ਬਾਅਦ ਵਿੱਚ ਇੱਕ ਹੋਰ ਵੀ ਹੋਇਆ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਬਣਿਆ, ਬਟ ਮੈਂ ਉਹਨੂੰ ਪਹਿਲੇ ਨੂੰ ਕਹਿੰਦਾ ਕ੍ਰਿਸ਼ਨਾ ਮੂਰਤੀ ਦ ਫਸਟ, ਹੱਸ ਕੇ ਕਹਿੰਦਾ। ਤੇ ਉਹ ਵਕੀਲ ਸੀ, ਤੇ ਵਕੀਲ ਸੀ ਨਰਸਿਮਾ ਰਾਓ ਨੇ ਲਾਇਆ ਸੀ ਜਦੋਂ ਮੈਂ ਲੱਗਾ, ਤੇ
ਉਹ ਕੁਛ ਹਲਕਾ ਆਦਮੀ ਸੀ ਕੰਮ ਕੁੰਮ 'ਚ, ਅਤੇ ਉਹ ਵੀ ਹੈਗਾ ਸੀ ਮੇਰੇ ਨਾਲ, ਅਤੇ ਇਹ ਬੀਬੀ ਨੇ ਸ਼ੁਰੂ ਕਰਤਾ ਕਿ ਬਈ ਅਸੀਂ ਕੁਛ ਆਪਣੀ ਤਿਆਰੀ ਕਰੀਏ। ਤਿਆਰੀ ਮੀਨਸ ਐਵਰੀਥਿੰਗ ਜੋ ਪੋਲੀਟਿਕਸ ਵਿੱਚ ਹੁੰਦੀ ਹੈ, ਹੈ। ਅਤੇ ਮੈਨੂੰ ਚਰਚਾ ਬਹੁਤ ਹੋਇਆ, ਅਤੇ ਸੇਸ਼ਨ ਨੇ ਇੰਨਾ ਰੈਪੂਟੇਸ਼ਨ ਆਪਣਾ ਬਣਾਇਆ ਸੀ ਪ੍ਰੋਪੇਗੈਂਡਾ ਰਾਹੀਂ, ਐਵੇਂ ਨਖਰੇ 'ਚ ਕਰਦਾ ਰਹਿੰਦਾ ਸੀ ਜੋ ਵੀ ਸੀ, ਲੇਕਿਨ ਬਣਾਇਆ ਸੀ ਉਹਨੇ, ਅਖਬਾਰਾਂ ਨੇ ਵੀ ਉਹਨੂੰ ਬਹੁਤ ਚੁੱਕਿਆ ਹੋਇਆ ਸੀ। ਅਤੇ ਉਹਦੇ ਬਾਅਦ ਮੈਂ ਬਣ ਗਿਆ, ਅਤੇ ਅਖਬਾਰਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਸਵਾਲ ਇਹ ਨਹੀਂ ਕਿ ਇਹ ਲੜਨਗੇ ਕਦੋਂ, ਲੜਨਗੇ ਕਿ ਨਹੀਂ ਲੜਨਗੇ, ਸਵਾਲ ਇਹ ਤੇ ਇਹ ਆ ਕਿ ਲੜਨਗੇ ਕਦੋਂ ਕ੍ਰਿਸ਼ਨਾ ਮੂਰਤੀ ਅਤੇ ਗਿੱਲ, ਕਿਉਂਕਿ ਇੱਕ ਕਿਸਮ ਦਾ ਬਰਾਬਰ ਦੇ ਨੇ, ਇੱਕ ਤਾਂ ਇਹ ਲੋਕ ਰੌਲਾ ਪਾਉਣ ਲੱਗ ਪਏ ਅਖਬਾਰਾਂ ਵਾਲੇ। ਦੂਜਾ ਹੋਇਆ ਕਿ ਹੁਣ ਸੈਸ਼ਨ ਦੇ ਬਾਅਦ ਤਾਂ ਇਲੈਕਸ਼ਨ ਕਿੰਨੇ ਚੱਜ ਨਾਲ ਕਰਾਉਣੀਆਂ, ਉਹ ਹੀ ਸੀ ਇੱਕ ਗੁਰੂ, ਉਹ ਹੀ ਸੀ ਖੁਦਾ ਜਿਹਦੇ ਜਿਹੜਾ ਡਰਾ ਕੇ ਦੁਨੀਆਂ ਨੂੰ ਰੱਖਦਾ ਸੀ। ਇਹ ਦੋ ਗੱਲਾਂ ਬਹੁਤ ਚੱਲਣ ਲੱਗ ਗਈਆਂ ਅਖਬਾਰਾਂ ਵਾਲੇ ਚਲਾਉਣ ਲੱਗ ਪਏ, ਅਤੇ ਮੈਂ ਕ੍ਰਿਸ਼ਨਾ ਮੂਰਤੀ ਸਦਾਈ ਇਹ ਹਾਰ ਨਹੀਂ ਸੀ, ਪਰ ਮੈਂ ਉਹਦੇ ਨਾਲ ਦੋਸਤੀ ਰੱਖਦਾ ਸੀ। ਮੈਂ ਉਹਨੂੰ ਕਿਹਾ, ਜੀ ਵੀ ਜੀ ਉਹਦਾ ਨਾਂ ਸੀ, ਜੀ ਵੀ ਜੀ ਕ੍ਰਿਸ਼ਨਾ ਮੂਰਤੀ, ਮੈਂ ਕਿਹਾ ਜੀ ਵੀ ਜੀ ਯਾਰ ਆਹ ਡਰਾਮਾ ਹੋ ਗਿਆ, ਅਤੇ ਸਾਰੇ ਹੀ ਕਹਿ ਰਹੇ ਆ ਕਿ ਇਹ ਵੇਖਾਂਗੇ ਕੀ ਹੁੰਦਾ। ਸੋ ਮੈਂ ਉਹਨੂੰ ਕਹਿਤਾ, ਮੈਂ ਬੜੇ ਫਰੈਂਕਲੀ ਗੱਲ ਕਰ ਲੈਂਦਾ ਸੀ, ਸਾਡੀ ਅਜੀਬ ਜਿਹਾ ਰਿਸ਼ਤਾ ਸੀ। ਉਹ ਮੈਨੂੰ ਕਹਿੰਦਾ ਬ੍ਰਦਰ, ਕਹਿੰਦਾ ਸੀ ਵਕੀਲਾਂ ਵਾਂਗੂ, ਵਕੀਲ ਸੀ ਉਹ, ਅੱਛਾ ਗਿਆ। ਉਹ ਮੈਨੂੰ ਕਹਿੰਦਾ ਬ੍ਰਦਰ, ਤੂੰ ਇਲੈਕਸ਼ਨ ਡਿਕਲੇਅਰ ਕਰ ਦੇ ਪੰਜਾਬ ਦੀ, ਇਹਨਾਂ ਨੂੰ ਪਤਾ ਲੱਗ ਜੂਗਾ। ਮੈਂ ਕਿਹਾ ਜੀ ਵੀ ਜੀ, ਮੈਂ ਇਲੈਕਸ਼ਨ ਡਿਕਲੇਅਰ ਕਰ ਦੂੰਗਾ, ਅਤੇ ਉੱਥੇ ਸਾਰੇ ਪੰਜਾਬ 'ਚ ਉਹਨਾਂ ਰੌਲਾ ਪਾ ਦੇਣਾ ਕਿ ਅਕਾਲੀਆਂ ਦੀ ਖਾਤਰ ਕੀਤਾ ਇਹਨੇ, ਅੱਜ ਉਹ ਤੁਸੀਂ ਕਹਿ ਰਹੇ ਜੇ। ਅਤੇ ਮੈਂ ਐਸਾ ਤਾਂ ਕੋਈ ਕਰਨਾ ਨਹੀਂ ਕਿਸੇ ਦਾ ਵੀ, ਮੈਂ ਤਾਂ ਰੱਬ ਦੇ ਧਰਮ 'ਤੇ ਖੜਾ, ਪਰ ਮੰਨਣਾ ਕਿਹਨੇ ਹੈ। ਉਹ ਕਹਿੰਦਾ ਬ੍ਰਦਰ, ਇਹ ਕਿਹੜੀ ਗੱਲ ਹੈ, ਮੈਂ ਜਾਣਾ ਦੌਰੇ 'ਤੇ, ਮੈਂ ਜਾਣਾ ਪੰਜਾਬ ਦੇ ਦੌਰੇ 'ਤੇ, ਅਤੇ ਮੈਂ ਰੌਲਾ ਪਾਊਂਗਾ ਕਿ ਇੱਥੇ ਬਹੁਤ ਖਤਰਾ ਹੈ, ਇਹ ਪੋਲੀਟੀਸ਼ੀਅਨ ਬਹੁਤ ਗੜਬੜਾਂ ਕਰ ਰਹੇ। ਉਹ ਗਿਆ, ਅਤੇ ਉਹ ਇੱਧਰ ਉੱਧਰ ਘੁੰਮ ਕੇ ਆ ਕੇ ਉਹਨੇ ਲੈਕਚਰ ਕੀਤਾ, ਅਤੇ ਉਹਨੇ ਕਿਹਾ ਮੈਨੂੰ ਤਾਂ ਜਾਨ ਦਾ ਖਤਰਾ ਹੋ ਗਿਆ। ਉਹ ਵੀ ਸਦਾਈ ਸੀ ਜੀ ਕ੍ਰਿਸ਼ਨਾ ਮੂਰਤੀ ਵੀ, ਉਹ ਵੀ ਮਰ ਗਿਆ। ਕਹਿੰਦਾ ਇਸ ਤਰ੍ਹਾਂ, ਮੈਂ ਕਿਹਾ ਅੱਛਾ। ਅਤੇ ਮੈਂ ਫਿਰ ਮੈਂ ਗਿਆ ਅੰਮ੍ਰਿਤਸਰ, ਮੈਂ ਸੈਸ਼ਨ ਜਾ ਕੇ ਗੁਰਦੁਆਰਾ ਮੰਦਰਾਂ 'ਚ ਮੱਥਾ ਟੇਕ ਸਕਦਾ। ਇੱਕ ਗੱਲ ਮੈਂ ਕਾਇਮ ਰੱਖਣੀ ਆ ਕਿ ਸਿੱਖਾਂ ਨੂੰ ਡਰ ਨਹੀਂ ਗਾ, ਮੈਂ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ। ਮੈਂ ਅੰਮ੍ਰਿਤਸਰ ਗਿਆ, ਮੱਥਾ ਟੇਕਿਆ ਵਗੈਰਾ, ਕੀਰਤਨ ਸੁਣਿਆ, ਅਤੇ ਉੱਥੇ ਮੈਂ ਸਰਕਿਟ ਹਾਊਸ 'ਚ ਬੈਠਾ। ਮੈਂ ਕਾਰਵਾਈ ਪਾਉਣ ਲਈ ਮੈਂ ਸਾਰੇ ਹੀ ਆਈ ਕਮਿਸ਼ਨਰ ਅਤੇ ਸਾਰੇ ਹੀ ਡੀ ਆਈ ਜੀ ਪੁਲਿਸ ਵਗੈਰਾ ਦੇ ਇਹ ਸਾਰੇ ਹੀ ਸੀਨੀਅਰ ਅਫਸਰ ਉੱਥੇ ਬੁਲਾਉਂਦੇ। ਅੱਛਾ, ਕਿ ਬਈ ਮੈਂ ਜਾਇਜ਼ਾ ਲੈਣਾ, ਦੱਸੋ ਮੈਨੂੰ। ਅਤੇ ਇੱਕ ਪੱਟੀ ਪੱਟੀ ਅੱਜ ਵੀ ਉਹ ਤੁਰਿਆ ਫਿਰਦਾ ਹੋਣਾ, ਉਹ ਪੁਲਿਸ ਅਫਸਰ ਸੀ, ਉਹ ਡੀ ਆਈ ਜੀ ਸੀ ਜਲੰਧਰ। ਅਤੇ ਉਹਨੇ ਅੱਗੋਂ ਉੱਠ ਕੇ ਮੈਨੂੰ ਕਹਿ ਦਿੱਤਾ ਕਿ ਸਰ, ਦਿਸ ਇਲੈਕਸ਼ਨ ਕੈਨੋਟ ਬੀ ਹੈਲਡ, ਦੇਰ ਵਿਲ ਬੀ ਟ੍ਰਬਲ ਇਨ ਪੰਜਾਬ। ਮਤਲਬ ਪਾਕਿਸਤਾਨ ਵਾਲੇ ਆ ਕੇ ਗੜਬੜ ਕਰਾ ਦੇਣਗੇ, ਕੋਈ ਹੋਰ ਕਰਾ ਦੂ। ਕਹਿੰਦਾ ਦੇਰ ਕੈਨੋਟ ਬੀ ਇਲੈਕਸ਼ਨ ਇਨ ਪੰਜਾਬ। ਮੈਂ ਹੁਣ ਅਣਖੀ ਜਿਹਾ ਬੰਦਾ ਹੈ, ਆਈ ਕੈਨੋਟ ਬੇਅਰ ਐਨੀ ਆਫ ਦਿਸ ਕਾਇੰਡ ਆਫ ਸਟੇਟਮੈਂਟ ਫਰੋਮ ਐਨੀ ਆਫ ਯੂ ਵੈਨ ਆਈ ਐਮ ਦ ਬੋਸ। ਓਹ, ਉਹਨੇ ਮੈਨੂੰ ਇਸ ਤਰ੍ਹਾਂ ਕਹਿ ਦਿੱਤਾ। ਮੈਂ ਉੱਥੇ ਹੀ ਉਹਨੂੰ ਕਿਹਾ, ਮੈਂ ਕਿਹਾ ਪੱਟੀ, ਹੋਲਡ ਇਟ ਦੇਅਰ, ਹੂ ਆਰ ਯੂ ਟੂ ਟੈਲ ਮੀ
कि इलेक्शन होएगी या नहीं होएगी या करानी है या नहीं करानी, तू कौन हो ना, योर पोजीशन, यानी व्हाट्स योर पोजीशन। मैं क्या इन्हें दिखाऊंगा सेशन द पीओ, तो उन्होंने मैं चाड़ देता सारे पंजाब अफसर च। उस वेले मैं हुक्म देता कि पट्टी यदि बदली एकदम कर दियो चंडीगढ़, और ये आईजी दफ्तर दे जी बैठा रहेगा, काम नहीं कोई करेगा। मैं उन्हें ठोकता ठोक तो आके मैं कृष्णा मूर्ति नु कहा, मैं कहे यार आ हो गया ये सारा पठड़दा कर रहे तैयारी, अपना ब्रदर इलेक्शन कर दे। और मैं कहूंगा कि मैं जोर दिता चीफ इलेक्शन कमिश्नर ने, जिदन गलबात हुई है उदन पिंडर जानना ना तू, पुलिस हाँ हाँ गुरदासपुर जिले दी सीगे बीबी सुखबंस कौर पिंडर दे हस्बैंड। हाँ तो उनकी दो लड़कियां हैं, तो एक लड़की का विवाह कर रहा सी कोई अमरीकन सी उदे नाल, मेरा भी दोस्त सी, असी सारे गए पूरी कांग्रेस पेश हुई उत्थे मिंदर सिंह गिल ते फलाना टीमड़ा ते रोटी राटी खाधी गप शप हुई। तो उतो मैं ठीक 3 बजे निकल के अपने दफ्तर जाके नाल कृष्णा मूर्ति बैठा, तो मैं क्या इलेक्शन इज डिकलेयर्ड इन पंजाब। अच्छा तुसी उत्थे व्याह प्रोग्राम दे विच ही प्रेस कॉन्फ्रेंस सत ली सी? नहीं मैं रोटी खा के खत्म करके फिर मैं अपने दफ्तर गया, नाल ही रह गए सी। ते उत्थे उत्थे दा उत्थे दा बी पठल बतौर सीएम आए होणगे, क्योंकि एक उहनां दी मेंबर पार्लीमेंट सी दूजा डीजीपी सी। नहीं उत्थे नहीं सी आई ओ जिया, एटलीस्ट आई डोंट रिमेंबर। पर सारे कांग्रेसियां दे ते दम उड़ गए, भजे आपो अपने घरां नूं, पठल गई उत्थे होया सी। बट आई डिड नॉट डू इट to help Badals, no, I wouldn't do that for anybody. असली गल ते आ कि इन्हां ने पट्टी पुट्टी जो भी अफसर दे नाल लग गए सी ते उन्हां ने एहो जिहा कहना शुरू करता, मैं ओह लाता। अच्छा सर आपां कृष्णा कृष्णा मूर्ति ने ओह इत्थे दा जिहड़ा विजिट कीता, उस तों बाद उन्हां ने अपने ते जिम्मेवारी लई मदद हो गई। ਆਪਾਂ ਇਹ ਗੱਲਬਾਤ ਦੀ ਲੜੀ ਜਾਰੀ ਰੱਖਾਂਗੇ ਜਦੋਂ ਜਦੋਂ ਤੁਸੀਂ ਆਗਿਆ ਦਿਓਗੇ। ਤੁਸੀਂ ਆ ਜਿਹੜਾ ਥੋੜ੍ਹਾ ਜਿਹਾ ਆਵਾਜ਼ ਵਿੱਚ ਗੜਕ ਘਟੀ ਆ ਨਾ, ਇਹਨੂੰ ਵਾਪਸ ਲਿਆਓ, ਕਿਉਂਕਿ ਅਜੇ ਪੰਜਾਬੀ ਅਤੇ ਤੁਹਾਡੇ ਮਝੈਲ ਚਾਹੁੰਦੇ ਆ ਵੀ ਇਹ ਸ਼ੇਰ ਉੱਦਾਂ ਹੀ ਗੱਜਦਾ ਬੁੱਕਦਾ ਰਹੇ। ਇੱਕ ਵਚਨ ਇਹੋ ਜਿਹੇ ਮੌਕਿਆਂ 'ਤੇ ਵਰਤ ਲਈ ਅਤੇ ਉਹਦੇ ਲਈ ਮਾਫ਼ੀ। ਸਾਡੇ ਡਾਕਟਰ ਗਿੱਲ ਮਨੋਹਰ ਸਿੰਘ ਗਿੱਲ ਬਣ ਕੇ ਰਹਿਣੇ ਚਾਹੀਦੇ ਆ, ਉਮਰ ਦਾ ਤਕਾਜ਼ਾ ਨਹੀਂ ਹੋਣਾ ਚਾਹੀਦਾ ਇੱਥੇ। ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਹੋਇਆ ਵੀ ਇਹ 100 ਸਾਲ ਪੂਰਾ ਕਰਨਾ ਹੈ। ਖੁਸ਼ਵੰਤ ਸਿੰਘ 99 ਦੇ ਵਿੱਚ ਗਏ ਤੇ ਤੁਸੀਂ ਉਹਨੂੰ ਬੀਟ ਕਰਨਾ ਹੈ। ਸੋ ਆਪਾਂ ਇਹ ਲੜੀ ਬਣਾ ਕੇ ਰੱਖਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਚਲੋ ਮਿਹਰਬਾਨੀ, ਕੋਸ਼ਿਸ਼ ਕਰਾਂਗੇ, ਲੇਕਿਨ ਐਸੀ ਕੋਈ ਗੱਲ ਨਹੀਂ, ਆਪਾਂ ਉੱਥੇ ਰਹਿਣਾ ਜਿੱਥੇ ਹੈਗੇ ਹਾਂ। ਮਿਹਰਬਾਨੀ।